ਹਾਂਜੀ ਦੋਸਤੋ ਤੇ ਅੱਜ ਜਿਹੜਾ ਸਭ ਤੋਂ ਇੰਪੋਰਟੈਂਟ ਟੌਪਿਕ ਆ ਉਹ ਸ਼ੁਰੂ ਕਰਨ ਵਾਲੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਆਪਣੇ ਐਗਜ਼ਾਮ ਦੇ ਇੰਟਰਨਲ ਟੈਸਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣਾ ਜਿਹੜਾ ਕਰੰਟ ਅਫੇਅਰ ਨੇ ਹਾਂਜੀ ਕਰੰਟ ਅਫੇਅਰ ਤਾਂ ਕਰੰਟ ਅਫੇਅਰ ਨੂੰ ਸ਼ੁਰੂ ਕਰਨ ਵਾਲੇ ਹਾਂ ਦੇਖੋ ਕਰੰਟ ਅਫੇਅਰ ਦੇ ਵਿੱਚ ਬੇਸਿਕ ਹੁੰਦਾ ਕੀ ਹੈ ਜਿਹੜਾ ਕਿ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜੋ ਵੀ ਇਵੈਂਟ ਹੁੰਦੇ ਨੇ ਉਸ ਦੇ ਬਾਰੇ ਡਿਸਕਸ ਕਰ ਰਹੇ ਹਾਂ ਇਵੈਂਟਸ ਹੁੰਦੇ ਨੇ ਉਸ ਤੋਂ ਬਾਅਦ ਜੋ ਇੱਕ ਸਟੇਟ ਦੇ ਵਿੱਚ ਹੁੰਦੇ ਨੇ ਜਿਵੇਂ ਕਿਸੇ ਰਾਜ ਦੇ ਵਿੱਚ ਹੁੰਦੇ ਨੇ ਇਵੈਂਟ ਉਹ ਉਹਨਾਂ ਦੀ ਗੱਲ ਕਰਦੇ ਆ ਇੱਕ ਯੂਨੀਅਨ ਦੇ ਵਿੱਚ ਹੁੰਦੇ ਆ ਯੂਨੀਅਨ ਦਾ ਇੰਦਾ ਫੈਂਸ ਯੂਟੀ ਦੇ ਵਿੱਚ ਉਹ ਇਵੈਂਟਸ ਦੀ ਗੱਲ ਕਰਾਂ ਜੋ ਵੀ ਇਵੈਂਟ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਇੰਟਰਨੈਸ਼ਨਲ ਲੈਵਲ ਤੇ ਹਾਂਜੀ ਇੰਡੀਆ ਦੀ ਜਿਵੇਂ ਇੰਡੀਆ ਦੀ ਗੱਲ ਕਰਦੇ ਉਹਦੇ ਵਿੱਚ ਕੀ ਇਵੈਂਟ ਹੋਇਆ ਹਨਾ ਜੀ ਇੰਡੀਆ ਲੈਵਲ ਤੇ ਨੈਸ਼ਨਲ ਲੈਵਲ ਤੇ ਉਸ ਤੋਂ ਬਾਅਦ ਸਪੋਰਟਸ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਕੀ ਕੀ ਇਵੈਂਟ ਹੋਏ ਨੇ ਜਾਂ ਕਿਹੜੇ ਹਨਾ ਸਪੋਰਟਸ ਨੂੰ ਲੈ ਕੇ ਆਪਣੇ ਉਸ ਤੋਂ ਬਾਅਦ ਫਿਲਮਸ ਨੂੰ ਲੈ ਕੇ ਜਿਹੜੇ ਇਪੋਰਟੈਂਟ ਇਵੈਂਟਸ ਹੁੰਦੇ ਨੇ ਜਾਂ ਉਸ ਅਵਾਰਡ ਹੁੰਦੇ ਨੇ ਅਵਾਰਡਸ ਦੀ ਗੱਲ ਕਰਦੇ ਆ ਅਵਾਰਡ ਹੋ ਗਿਆ ਇਨਾਮ ਇਨਾਮ ਦੀ ਗੱਲ ਕਰਦੇ ਇਨਾਮ ਹੋ ਗਿਆ ਇਨਾਮ ਕਿਹੜੇ ਕਿਹੜੇ ਫੀਲਡ ਜਿੱਤੇ ਜਾਂਦੇ ਨੇ ਉਸ ਤੋਂ ਬਾਅਦ ਕਰੰਸੀ ਦੀ ਗੱਲ ਕਰਦੇ ਕੁਝ ਕਰੰਸੀ ਵੀ ਆ ਜਾਂਦੀ ਹੈ ਪੈਸਾ ਆ ਜਾਂਦਾ ਪੈਸੇ ਨੂੰ ਕੁਝ ਚੇਂਜ ਕੀਤਾ ਕੁਝ ਹਨਾ ਨਿਊ ਰੂਲਸ ਆ ਨਾ ਕਿਸੇ ਦਾ ਨਵਾਂ ਜਿਹੜਾ ਕਾਨੂੰਨ ਬਣਿਆ ਹੈ ਉਸ ਦੇ ਬਾਰੇ ਡਿਸਕਸ ਕਰ ਦਿੰਨੇ ਆ ਕੁਝ ਬੈਂਕ ਦੀ ਜਿਹੜੀ ਡਿਟੇਲ ਦਿੰਦੀ ਹੈ ਬੈਂਕ ਤੇ ਤਿੰਨ ਦਿਓ ਉਹ ਕਰੰਟ ਅਫੇਅਰ ਦੇ ਵਿੱਚ ਡਿਸਕਸ ਕਰਦੇ ਆ ਇਹੋ ਜੀ ਬੇਸਿਕ ਬੇਸਿਕ ਆ ਬਸ ਇਹ ਆਪਣਾ ਦੇਖੋ ਆਪਾਂ ਕੋਈ ਕੰਪਲੀਟ ਐਗਜ਼ਾਮ ਦੀ ਤਿਆਰੀ ਤਾਂ ਨਹੀਂ ਕਰਦੇ ਆਪਾਂ ਬੇਸਿਕ ਐਗਜ਼ਾਮ ਦੀ ਤਿਆਰੀ ਕਰਦੇ ਆ ਜਿੱਥੇ ਕਿ ਆਪਾਂ ਨੂੰ ਕਰੰਟ ਅਫੇਅਰ ਬੇਸਿਕ ਹੀ ਆਉਣੇ ਆ ਕੋਈ ਡੀਪਲੀ ਨਹੀਂ ਆਉਣੇ ਉਸ ਦੇ ਅਕੋਰਡਿੰਗ ਅੱਜ ਆਪਾਂ ਸ਼ੁਰੂ ਕਰ ਰਹੇ ਆ ਆਪਾਂ ਇਹ ਜਿਹੜੇ ਕਰ ਰਹੇ ਆ ਅੱਜ ਦੇ ਇਹ 6 ਮਨਥ ਦੇ ਸ਼ੁਰੂ ਕਰ ਰਹੇ ਆ 6 ਮਨਥ ਦੇ ਤਾਂ ਇਹ ਜਿਹੜੇ 6 ਮਨਥ ਦੇ ਪ੍ਰੋਪਰ ਤੁਹਾਨੂੰ ਇਹ 2 ਜਾਂ 3 ਵੀਡੀਓ ਦੇ ਵਿੱਚ ਮਿਲ ਜਾਣਗੇ ਇਹ 6 ਮਨਥ ਦੇ ਉਮੀਦ ਕਰਦਾ ਕਿ 6th ਮੰਥ ਤੋਂ ਬਾਅਦ ਆਪਾਂ ਮੰਥ ਵਾਈਜ਼ ਵੀ ਕਰਾਂਗੇ ਹਾਂਜੀ ਮੰਥ ਵਾਈਜ਼ ਵੀ ਕਰ ਲਾਂਗੇ ਠੀਕ ਹੈ ਜਿਵੇਂ ਜਿਵੇਂ ਇੰਪੋਰਟੈਂਟ ਹੋਇਆ ਕਿਉਂਕਿ ਆਪਣੇ ਜਿਹੜੇ ਕਰੰਟ ਅਫੇਅਰ ਆ ਜ਼ਿਆਦਾਤਰ ਕਿੱਥੇ ਆ ਸਕਦੇ ਆ ਆਪਣੇ ਫਰਵਰੀ ਤੋਂ ਲੈ ਕੇ ਜੂਨ ਤੱਕ ਇਸ ਕਰਕੇ ਇਹ ਫਰਵਰੀ ਤੇ ਜੂਨ ਨੂੰ ਮੰਥ ਵਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੰਥਲੀ ਵੀ ਆਪਾਂ ਜ਼ਰੂਰ ਕਰਾਂਗੇ ਬਾਕੀ ਸ਼ੁਰੂ ਕਰਦੇ ਆ ਅੱਜ ਦੇ ਜਿਹੜੇ ਕਰੰਟ ਅਫੇਅਰ ਨੇ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕਰਦੇ ਆ ਕਰੰਟ ਅਫੇਅਰ ਦੇ ਵਿੱਚ ਉਹ ਯਾਤਰਾ ਜਿਹੜੀ ਆ ਇੱਕ ਫੈਸਟੀਵਲ ਆ ਉਹ ਲਾਰਜ ਓਪਨ 에ਅਰ ਥੀਏਟਰ ਦੇ ਵਿੱਚ ਆ ਓਪਨ ਥੀਏਟਰ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਉਹ ਕਿਹੜੀ ਸਟੇਟ ਨੇ ਰੀਸੈਂਟਲੀ ਜਿਹੜਾ ਸ਼ੁਰੂ ਕੀਤਾ ਹੈ ਓਪਨ ਥੀਏਟਰ ਦੇ ਵਿੱਚ ਮਨਾਉਣਾ ਤੇ ਉਹ ਇੱਕੋ ਇੱਕ ਸਟੇਟ ਆ ਭਾਰਤ ਦੀ ਉਹ ਹੈ 오ਡੀਸ਼ਾ 오ਡੀਸ਼ਾ ਇਹਨੂੰ ਪਹਿਲਾਂ 오ਡੀਸ਼ਾ ਵੀ ਕਹਿੰਦੇ ਸੀ ਹੈਨਾ 오ਡੀਸ਼ਾ ਇਦਾਂ ਵੀ ਕਹਿੰਦੇ ਸੀ ਜਾਂ 오ਡੀਸ਼ਾ ਲਿਖਿਆ ਜਾਂਦਾ ਸੀ ਇਸ ਤਰ੍ਹਾਂ ਤਾਂ ਪਰ ਹੁਣ ਇਹਨੂੰ 오ਡੀਸ਼ਾ ਕਹਾਂਗੇ ਠੀਕ ਹੈ ਇੱਕ ਜਿਹੜਾ ਫੈਸਟੀਵਲ ਆ ਕਿਉਂ ਮਨਾਇਆ ਜਾਂਦਾ ਲੋਰਡ ਸ਼ਿਵਾ ਦਾ ਨਾਮ ਤੁਸੀਂ ਕ੍ਰਿਸ਼ਨਾਂ ਦਾ ਜਾਣਦੇ ਹੋਵੋਗੇ ਕ੍ਰਿਸ਼ਨ ਤਾਂ ਉਹਨਾਂ ਦੇ ਹੀ ਕਰਕੇ ਜਿਹੜਾ ਇਹ ਆ ਇਹਨਾਂ ਦੇ ਕੁਝ ਐਪੀਸੋਡ ਨੇ ਐਪੀਸੋਡ ਜਿਹੜੇ ਇਹਦੇ ਵਿੱਚ ਚਲਾਏ ਜਾਂਦੇ ਨੇ ਤਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤਾਂ ਇਹਦਾ ਜਿਹੜਾ 오ਡੀਸਾ ਦਾ ਸੀਐਮ ਹੈ ਨਵੀਨ ਪਟਨਾਇਕ ਹੈ ਯਾਦ ਕਰ ਲਿਓ ਕਿ ਕਿ ਕਈ ਵਾਰੀ ਸੀਐਮ ਵੀ ਪੁੱਛ ਲੈਂਦੇ ਨੇ ਇਸ ਕਰਕੇ ਇਹ ਚੀਜ਼ਾਂ ਯਾਦ ਰੱਖ ਲਿਓ ਉਸ ਤੋਂ ਬਾਅਦ ਕਹਿੰਦੇ ਜੀ 200 ਜਿਹੜੇ ਆਣਾ ਬਿਲੀਅਨ ਡਾਲਰਸ ਗਵਾਉਣ ਵਾਲੇ ਪਹਿਲੇ ਵਿਅਕਤੀ ਕੌਣ ਆ ਫਰਸਟ ਪਰਸਨ ਜਿਹੜੇ ਕਿਹੜੇ ਨੇ ਤਾਂ ਉਹ ਕਿਹੜੇ ਨੇ ਜਿਨ੍ਹਾਂ ਨੇ 200 ਜਿਹੜੇ ਮਿਲੀਅਨ ਡਾਲਰ ਗਵਾ ਦਿੱਤੇ ਲਖੋਤੇ ਨੇ ਉਹ ਹੈ ਅਲੌਨ ਮਾਸਕ ਅਲੌਨ ਮਾਸਕ ਦਾ ਤੁਸੀਂ ਨਾਮ ਸੁਣਿਆ ਹੋਣਾ ਤਿੰਨ ਕੰਪਨੀਆਂ ਨੂੰ ਮੁੱਖ ਤੌਰ ਤੇ ਲੈ ਕੇ ਚੱਲਦੇ ਨੇ ਸਪੇਸਐਕਸ ਜਿਹੜਾ ਕਿ ਸਪੇਸ ਦੀ ਗੱਲ ਕਰਦਾ ਹੈ ਟੈਸਲਾ ਜਿਹੜੀਆਂ ਗੱਡੀਆਂ ਵਾਲੀਆਂ ਤੇ ਟਵਿੱਟਰ ਦਾ ਇਹ ਮਾਲਕਾ ਪਿੱਛੇ ਜੇ ਉਹਨਾਂ ਨੇ ਇੱਕ ਟਵਿੱਟਰ ਜਿਹੜਾ ਆਪਣੇ ਆਪ ਖਰੀਦ ਲਿਆ ਸੀ ਆਪਣੇ ਅੰਡਰ ਹੁਣ ਟਵਿੱਟਰ ਦਾ ਉਹ ਸੀਓ ਵੀ ਕਿਸੇ ਨੂੰ ਨਿਯੁਕਤ ਕੀਤਾ ਹੈ ਤਾਂ ਸੀਓ ਕੌਣ ਆਇਆ ਦਾ ਟਵਿੱਟਰ ਦਾ ਲਿੰਡਾ ਜਕਰीन ਠੀਕ ਹੈ ਐਦਾਂ ਯਾਦ ਕਰ ਲਿਓ ਕਈ ਵਾਰੀ ਸੀਓ ਪੁੱਛ ਲੈਂਦੇ ਨੇ ਤਾਂ ਲਿੰਡਾ ਜਕੀ ਜਕਰीन ਇਹਦਾ ਨਾਮ ਹੈ ਉਸ ਤੋਂ ਬਾਅਦ ਕਹਿੰਦੇ ਇੰਡੀਆ ਤੇ ਇੱਕ ਇਹੋ ਜੀ ਹੋਰ ਕੰਟਰੀ ਦਾ ਨਾਮ ਦੱਸਣਾ ਜਿਹਦੇ ਵਿੱਚ ਕਹਿੰਦੇ ਨਿਊਕਲ ਅਸੈਸ ਨਿਊਕਲੀਅਰ ਹੁੰਦੀ ਆ ਨਾ ਜਿਹੜੀ ਆਪਾਂ ਗੱਲ ਕਰ ਰਹੇ ਪ੍ਰਮਾਣ ਨੂੰ ਉਸ ਦੇ ਬਾਰੇ ਤੇ ਜਿਹੜੇ ਪ੍ਰਿਜ਼ਨ ਹੁੰਦੇ ਨੇ ਮੰਨ ਲਓ ਕਿ ਕੈਦੀ ਹੁੰਦੇ ਨੇ ਉਹਨਾਂ ਬਾਰੇ ਜੋ ਇੰਟੀਮੇਟ ਹੁੰਦੇ ਨੇ ਇਨਫੋਰਮੇਸ਼ਨ ਜャ ਸ਼ੇਅਰ ਕਰਦੇ ਨੇ ਉਹ ਕਿਸ ਦੇ ਨਾਲ ਹੁੰਦੀ ਆ ਭਾਰਤ ਤੇ ਪਾਕਿਸਤਾਨ ਦੇ ਨਾਲ ਹੁੰਦੀ ਆ ਤੇ ਸ਼ੁਰੂ ਕਦੋਂ ਹੋਈ ਸੀ ਸਟਾਰਟ ਕਦੋਂ ਹੋਈ ਸੀ ਸਟਾਰਟ ਆਪਣੇ ਕੋਲੇ ਕਦੋਂ ਹੋਈ ਸੀ ਲਓ ਜੀ 1988 ਦੇ ਵਿੱਚ ਤੇ ਇਹ ਕਦੋਂ ਲਾਂਚ ਹੁੰਦੀ ਆ 1 ਜਨਵਰੀ ਨੂੰ ਹੁੰਦੀ ਆ ਨਵੇਂ ਸਾਲ ਦੀ ਨਿਊ ਇਅਰ ਤੇ ਆਪਾਂ ਕਹ ਲਈਏ ਨਿਊ ਇਅਰ ਤੇ ਹਾਂ ਇੱਕ ਜਿਹੜੀ ਇਸ ਵਾਰ ਕੀਤੀ ਆ 2023 ਦੇ ਵਿੱਚ ਕੀਤੀ ਹੈ ਉਹ ਕਿਹੜੀ ਆ 32ਵੀਂ ਮੰਨ ਲਓ 32 ਵਾਰ ਇਹਨਾਂ ਨੇ ਆਪਣੀ ਇਹ ਜਿਹੜੀ ਲਿਸਟ ਆ ਉਹ ਇੱਕ ਦੂਜੇ ਨਾਲ ਸ਼ੇਅਰ ਕੀਤੀ ਆ ਤੇ 32ਵੀਂ ਵਾਰ ਹੋ ਗਿਆ ਅਗਰ ਤੁਹਾਡੇ ਤੋਂ ਪੁੱਛਿਆ ਗਿਆ ਤੁਸੀਂ ਕਹਿ ਸਕਦੇ ਹੋ ਕਿ ਕਿੰਨੇ ਵਾਰੀ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਜੀ ਇਦਾਂ ਦਾ ਇੱਕ ਉਦਘਾਟਨ ਕੀਤਾ ਗਿਆ ਹੈ 108 ਇੰਡੀਅਨ ਸਾਇੰਸ ਕਾਂਗਰਸ ਜਿਹੜਾ ਇੱਕ ਆਰਗਨ ਜਿਹੜਾ ਉਦਘਾਟਨ ਕੀਤਾ ਗਿਆ ਵੀਡੀਓ ਕਾਨਫਰੈਂਸਿੰਗ ਦੇ ਥਰੂ ਤਾਂ ਇਹ ਕਿਸ ਨੇ ਕੀਤਾ ਹੈ ਕਿੱਥੇ ਕੀਤਾ ਹੈ ਕਿਨੇ ਕੀਤਾ ਹੈ ਠੀਕ ਹੈ ਕੇਂਦਰਜੀ ਇੱਕ ਵੀਡੀਓ ਕਾਨਫਰੈਂਸਿੰਗ ਤੇ थ्रू 108 ਇੰਡੀਅਨ ਸਾਇੰਸ ਕਾਂਗਰੈਸ ਦਾ ਇੱਕ ਉਦਘਾਟਨ ਕੀਤਾ ਗਿਆ ਹੈ ਤਾਂ ਉਹ ਨਰਿੰਦਰ ਮੋਦੀ ਜੀ ਆਪਣੇ ਕੋਲ ਨੇ ਪੀਐਮ ਨੇ ਯਾਦ ਤੁਹਾਨੂੰ ਪਤਾ ਹੀ ਹੈ ਨਾ ਤਾਂ ਕਿੱਥੇ ਕੀਤਾ 나ਗਪੁਰ ਦੇ ਵਿੱਚ 나ਗਪੁਰ ਕਿੱਥੇ ਆ ਮਹਾਰਾਸ਼ਟਰ ਦੇ ਵਿੱਚ 나ਗਪੁਰ ਆ ਠੀਕ ਹੈ ਤੇ 나ਗਪੁਰ ਦੇ ਜਿਹੜੇ ਤੁਸੀਂ ਫੁੱਲ ਬਹੁਤ ਮਸ਼ਹੂਰ ਨੇ ਹਨਾ ਉਸ ਤੋਂ ਪਹਿਲਾਂ ਜਿਹੜਾ ਕਿਸ ਨੇ ਕੀਤਾ ਸੀਗਾ ਇਹ ਹੀ 2009 ਦੇ ਵਿੱਚ ਮਨਮੋਹਨ ਸਿੰਘ ਨੇ ਕੀਤਾ ਸੀਗਾ ਉੱਥੇ ਠੀਕ ਹੈ ਇਹਨਾਂ ਦਾ ਉਸ ਤੋਂ ਬਾਅਦ ਗੱਲ ਕਰਦੇ ਆਂ ਕਹਿੰਦੇ ਜੀ ਇੱਕ ਫਰਸਟ ਕੰਟਰੀ ਹੋਗੀ ਇਦਾਂ ਦੀ ਜਿਹੜੀ ਏਸ਼ੀਆ ਦੇ ਵਿੱਚ ਹਨਾ ਫਰਸਟ ਕੰਟਰੀ ਹੋਗੀ ਏਸ਼ੀਆ ਦੇ ਵਿੱਚ ਐਂਡ ਸੈਕੰਡ ਵਰਲਡ ਤੇ ਹੋਗੀ ਠੀਕ ਹੈ ਏਸ਼ੀਆ ਦੇ ਵਿੱਚ ਫਰਸਟ ਹੋਗੀ ਤੇ ਵਰਲਡ ਦੇ ਵਿੱਚ ਸੈਕੰਡ ਹੋਗੀ ਠੀਕ ਹੈ ਜਿਨੇ ਕੇ ਹਾਈਡਰੋਜਨ ਪਾਵਰ ਟ੍ਰੇਨ ਨੂੰ ਜਿਹੜਾ ਸ਼ੁਰੂ ਕਰ ਦਿੱਤਾ ਹੈ ਲਾਂਚ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਪਤਾ ਹੈ ਏਸ਼ੀਆ ਦੇ ਵਿੱਚ ਚਾਈਨਾ ਆ ਰਿਹਾ ਨਾ ਚੀਨ ਆ ਰਿਹਾ ਤਾਂ ਚੀਨ ਨੇ ਲਾਂਚ ਕਰਤਾ ਵੀ ਪਾਈ ਅਸੀਂ ਜਿਹੜੀ ਆ ਹਾਈਡਰੋਜਨ ਪਾਵਰਡ ਜੇ ਟ੍ਰੇਨਾਂ ਚਲਾ ਦਾਂਗੇ ਉਸ ਤੋਂ ਪਹਿਲਾਂ ਜਿਹੜੀ ਫਰਸਟ ਕੰਟਰੀ ਕਿਹੜੀ ਆ ਉਹ ਜਰਮਨੀ ਹੈ ਫਰਸਟ ਕੰਟਰੀ ਜਰਮਨੀ ਹੈ ਪਰ ਹੁਣ ਭਾਰਤ ਕਿਤੇ ਪਿੱਛੇ ਰਹਿ ਸਕਦਾ ਭਾਰਤ ਵੀ ਕਹਿੰਦਾ ਵੀ ਅਸੀਂ ਤਾਂ ਅਸੀਂ ਤਾਂ ਆਪ ਕੁਛ ਨਾ ਕੁਛ ਕਰਾਂਗੇ ਜੇ ਤੁਸੀਂ ਕਰ ਰਹੇ ਹੋ ਤਾਂ ਫਿਰ ਭਾਰਤ ਨੇ ਦਸੰਬਰ 2026 ਦੇ ਵਿੱਚ ਭਾਰਤ ਵਿੱਚ ਇਹ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਆ ਕਿ ਅਸੀਂ ਦਸੰਬਰ 2026 ਦੇ ਵਿੱਚ ਇਹ ਹਾਈਡਰੋਜਨ ਪਾਵਰ ਟ੍ਰੇਨ ਨੂੰ ਲਾਂਚ ਕਰ ਦਾਂਗੇ ਦੇਖੋ ਭਾਰਤ ਹਮੇਸ਼ਾ ਹੀ ਇਹੋ ਜਿਹੇ ਕੰਮ ਤੇ ਚੱਲੋ ਪਿੱਛੇ ਰਿਹਾ ਪਰ ਨੋ ਡਾਊਟ ਵੀ ਰਿਸੋਰਸਸ ਦੀ ਵੀ ਕਮੀ ਆ ਕਿਤੇ ਨਾ ਕਿਤੇ ਪੋਲਿਟੀਕਲ ਮੁੱਦਿਆਂ ਨੂੰ ਲੈ ਕੇ ਜਾਦਾ ਜਿਹੜੇ ਕਿ ਐਕਟਿਵ ਰਹਿੰਦੇ ਨੇ ਜਿਹੜੇ ਕਿ ਨਹੀਂ ਹੋਣੀ ਚਾਹੀਦੀ ਐਜੂਕੇਸ਼ਨ ਨੂੰ ਕਿਤੇ ਨਾ ਕਿਤੇ ਸਟੇਟ ਵਾਈਜ਼ ਨਹੀਂ ਇੰਨਾ ਪ੍ਰਮੋਟ ਹੋ ਰਿਹਾ ਇਹਨਾਂ ਦਾ ਸਾਰਾ ਕਾਰਨ ਇੱਥੇ ਹੀ ਆ ਕਿਤੇ ਨਾ ਕਿਤੇ ਅੱਜਕੱਲ ਆਪਾਂ ਧਰਨ ਅਪਰੇਕਸ਼ ਦੀ ਗੱਲ ਕਰਦੇ ਆ ਉਹਦਾ ਸਾਰਾ ਮੁੱਦਾ ਇਹਦੇ ਵਿੱਚ ਦੇਖਣ ਨੂੰ ਮਿਲਦਾ ਉਸ ਤੋਂ ਬਾਅਦ ਕਹਿੰਦੇ ਜੀ ਇੱਕ ਇਸ ਤਰ੍ਹਾਂ ਦਾ ਆਰਮੀ which armed forces celebrate ਇੱਕ ਇਦਾਂ ਦਾ ਕਹਿ ਸਕਦੇ ਹੋ ਕਿਸ ਨੇ ਆਰਮੀ ਨੇ ਸੈਲੀਬ੍ਰੇਟ ਕੀਤਾ ਜਸ਼ਨੇ ਚਿਲਕਾਂ ਹਨਾ ਚਿਲਕਲਾ ਤਾਂ ਉਹ ਕੀਤਾ ਹੈ ਜਸ਼ਨੇ ਚਿਲਕਲਾ ਉਹ ਕਿਸ ਕਹਿ ਸਕਦੇ ਹੋ ਕਿਰੀ ਇਦਾਂ ਦੀ ਆਰਮ ਫੋਰਸਸ ਨੇ ਕੀਤਾ ਹੈ ਸਟੂਡੈਂਟ ਇਹਦਾ ਸ਼੍ਰੀਨਗਰ ਕਹਿੰਦੇ ਸ਼੍ਰੀਨਗਰ ਦੇ ਵਿੱਚ ਸਟੂਡੈਂਟ ਨੇ ਉਹਨਾਂ ਦੇ ਨਾਲ ਇੱਕ ਜਾਂ ਫੈਸਟੀਵਲ ਕਹੋ ਇੱਕ ਪ੍ਰੋਗਰਾਮ ਕਹੋ ਸੈਲੀਬ੍ਰੇਟ ਕੀਤਾ ਹੈ ਜਸ਼ਨੇ ਚਿਲਾ ਚਿਲੀ ਕਲਾ ਹਨਾ ਤਾਂ ਕਿਸ ਨੇ ਕੀਤਾ ਜੀ ਉਹ ਕੀਤਾ ਹੈ CRPF ਨੇ ਤਾਂ CRPF ਦਾ ਜਿਹੜਾ ਪ੍ਰਧਾਨ ਹੈ ਕੌਣ ਹੈ ਐਸ ਐਲ ਥੌਨਸਨ ਹਨਾ ਤਾਂ ਯਾਦ ਕਰ ਲਓ ਅਗਰ BSF ਦਾ ਪੁੱਛ ਲਿਆ ਇਹ CRPF ਆ ਤੇ BSF ਦਾ ਅਲੱਗਾ ਨਿਤਿਨ ਅਗਰਵਾਲ ਠੀਕ ਹੈ ਨਿਤਿਨ ਅਗਰਵਾਲ ਹੈ ਤਾਂ ਜਿਹੜਾ ਇਹ ਫੈਸਟੀਵਲ ਆ ਠੰਡ ਦੇ ਮਤਲਬ ਕਿ ਵਿంటర్ ਦਾ ਹੁੰਦਾ ਤਾਂ 30 ਤੋਂ 40 ਦਿਨ ਦਾ ਹੁੰਦਾ ਮਤਲਬ ਕਿ 30 ਤੋਂ 40 ਦਿਨ ਦਾ ਇੱਕ ਠੰਡ ਦਾ ਉਥੇ ਸੀਜ਼ਨ ਹੁੰਦਾ ਜਿੱਥੇ ਕਿ ਇਹ ਜਸ਼ਨ ਇਹ ਚਿਲ ਕਲਾ ਮਨਾਇਆ ਜਾਂਦਾ ਚ ਕਲਾ ਮਨਾਇਆ ਇਹ ਸਟੂਡੈਂਟ ਦੇ ਨਾਮ ਮਨਾਇਆ ਹੈ ਕਿਸ ਨੇ ਮਨਾਇਆ ਹੈ ਆਰਮ ਫੋਰਸ ਨੇ ਕਿਹੜੀ ਨੇ ਸੀਆਰਪੀਐਫ ਨੇ ਸੀਆਰਪੀਐਫ ਤੁਹਾਨੂੰ ਪ੍ਰਧਾਨ ਪਤਾ ਹੋਣਾ ਚਾਹੀਦਾ ਸੀਐਲ ਥੌਂਸਨ ਐਂਡ ਵੀਐਸ ਆਫ ਦਾ ਪ੍ਰਧਾਨ ਕੋਣਾ ਨਿਤਨ ਅਗਰਵਾਲ ਠੀਕ ਹੈ ਇੰਪੋਰਟੈਂਟ ਸੀ ਬਹੁਤ ਇੰਪੋਰਟੈਂਟ ਉਸ ਤੋਂ ਬਾਅਦ ਕਹਿੰਦੇ ਜੀ ਫਰਸਟ ਊਮਨ ਇਦਾਂ ਦੀ ਹੈ ਆਫੀਸਰ ਹੈ ਜਿਹੜੀ ਕਿ ਚੀਆ ਚੇਨ ਤੇ ਕੀ ਚੜ ਗਏ सियाचिन पर्वत ਦੇ ਉੱਤੇ ਆਪਰੇਸ਼ਨ ਦੇ ਲਈ ਉਹ ਗਏ ਸੀ ਹੈ ਨਾ ਉਸ ਤੋਂ ਬਾਅਦ ਕਹਿੰਦੇ ਜੀ ਆਪਰੇਸ਼ਨ ਰੂਪ ਦੇ ਤਾਇਨਾਤ ਹੋਣ ਵਾਲੀ ਪਹਿਲੀ ਅਧਿਕਾਰੀ ਕੌਣ ਬਣੀ ਮੰਨ ਲਓ ਕਿ ਉੱਥੇ ਤਾਇਨਾਤ ਹੋ ਗਏ ਨੇ सियाचिन ग्लेशियर ਤੁਹਾਨੂੰ ਪਤਾ ਹੈ ਉਹ ਹੈ ਇੱਕ ਕਿੜੀ ਤੇ ਕੁਮਾਰ ਪੋਸਟ ਤੇ ਇੱਕ ਗਰਲ ਇੱਕ ਕੁੜੀ ਹੈ ਜਿਹੜੀ ਕਿ ਕੈਪਟਨ ਸ਼ਿਵਾ ਚੋਹਾਨ ਹੈ ਕੈਪਟਨ ਸ਼ਿਵਾ ਚੋਹਾਨ ਉੱਥੇ ਕੀ ਆ ਆਪਣੀ ਡਿਊਟੀ ਨਿਭਾ ਰਹੇ ਆ ਇਦਾਂ ਦੀ ਪਹਿਲੀ ਫੀਮੇਲ ਬਣ ਗਈ सियाਚਿਨ ਪੋਸਟ ਦੇ ਉੱਤੇ ਕਿਹੜੀ ਪੋਸਟ ਦਾ ਕਮਾਰ ਪੋਸਟ ਦੇ ਉੱਤੇ ਠੀਕ ਹੈ ਉਸ ਤੋਂ ਬਾਅਦ ਚੱਲਦੇ ਆ ਕਹਿੰਦੇ ਫਰਸਟ ਬੋਲਰ ਬਣ ਗਏ ਨੇ ਐਦਾਂ ਦੇ ਭਾਰਤੀ ਭਾਰਤ ਦੀ ਗੱਲ ਕਰਦੇ ਨਾ ਰੰਜੀ ਟਰਾਫੀ ਦੀ ਗੱਲ ਕਰਦੇ ਰੰਜੀ ਟਰਾਫੀ ਕਿਸ ਨੂੰ ਸੰਬੰਧਿਤ ਹੈ ਕ੍ਰਿਕਟ ਨੂੰ ਸੰਬੰਧਿਤ ਹੈ ਠੀਕ ਹੈ ਕਈ ਕਿਸੇ ਨੂੰ ਨਹੀਂ ਪਤਾ ਤਾਂ ਇਹ ਦੇਖ ਲੋ ਰੰਜੀ ਟਰਾਫੀ ਚੱਲਦੀ ਆ ਕਹਿੰਦੇ ਜੀ ਰੰਜੀ ਟਰਾਫੀ ਦੇ ਵਿੱਚ ਫਰਸਟ ਬੋਲਰ ਆ ਜਿਹਨੇ ਹੈਟ੍ਰਿਕ ਲਾਤੀ ਪਹਿਲੇ ਹੀ ਓਵਰ ਦੇ ਵਿੱਚ ਓਪਨਿੰਗ ਮਤਲਬ ਫਰਸਟ ਹੀ ਓਵਰ ਦੇ ਵਿੱਚ ਕੀ ਨਾਮ ਆ ਜੀ ਜਵੇਦ ਜਵੇਦ ਉਨਾਕਟ ਹਨਾ ਜਿਹੜਾ ਕਿ ਤਪਾੜਾ ਹੁਣ ਗੱਲ ਕਰੀਏ ਰੰਜੀ ਟਰੋਫੀ ਸਾਲ ਦੀ ਕਿਸ ਨੇ ਜਿੱਤੀ ਆ ਸੂਰਾਸ਼ਟਰ ਨੇ ਜਿੱਤੀ ਆ ਤੇ ਉਸ ਦਾ ਕੈਪਟਨ ਕੌਣ ਸੀ ਕੈਪਟਨ ਖੁਦ ਹੀ ਸੀ ਜਾਵੀਦ ਓਨਾਕਟ ਠੀਕ ਆ ਤੇ ਇਹ ਜਿਹੜਾ ਮੈਚ ਹੋਇਆ ਫਾਈਨਲ ਮੈਚ ਹੋਇਆ ਫਾਈਨਲ ਮੈਚ ਕਿਸ ਕਿਸ ਵਿਚਕਾਰ ਹੋਇਆ ਸੂਰਾਸ਼ਟਰ ਤੇ ਬੰਗਾਲ ਬੰਗਾਲ ਠੀਕ ਆ ਬੰਗਾਲ ਦੇ ਵਿੱਚ ਹੋਇਆ ਤੇ ਬੰਗਾਲ ਦਾ ਜਿਹੜਾ ਕੌਣ ਸੀਗਾ ਮਨੋਜ तिवारी ਸੀ ਕੈਪਟਨ ਕੌਣ ਸੀ ਮਨੋਜ ਤਿਵਾਰੀ ਤੇ ਜਿਹੜਾ ਫਾਈਨਲ ਮੈਚ ਹੋਇਆ ਹਾਂਜੀ ਫਾਈਨਲ ਮੈਚ ਹੋਇਆ ਉਹ ਕਿਸ ਦੇ ਵਿਚਕਾਰ ਹੋਇਆ ਇਹ ਕਿਸ ਕਿੱਥੇ ਹੋਇਆ ਥਾਂ ਕਿਹੜੀ ਹੋ ਥਾਂ ਦੀ ਗੱਲ ਕਰਦੇ ਆ ਇਡਨ ਗਾਰਡਨ ਹੈ ਕੋਲਕਾਤਾ ਦੇ ਵਿੱਚ ਹੈ ਤੇ ਜਿੱਤੇ ਕੌਣ ਜਿੱਤੇ ਸੋਰਾਸਟਰ ਸੂਰਾਸਤਰ ਆਹ ਸੌਰੀ ਜਾਵੀਦ ਉਨਕਟ ਦੀ ਜਿਹੜੀ ਟੀਮ ਹੈ ਉਹਦਾ ਕੈਪਟਨ ਸੀਗਾ ਹਨਾ ਸੋਰਾਸਤਰ ਜਿਹੜੀ ਇਹ ਟੀਮ ਜਿੱਤੀ ਉਸ ਤੋਂ ਬਾਅਦ ਗੱਲ ਕਰਦੇ ਆ ਇਸਰੋ ਐਂਡ ਡੈਸ਼ ਜੁਆਇਨਿੰਗ ਹੈਂਡ ਮਤਲਬ ਕਿ ਇਹ ਨਵ ਚੁਕ ਕਹਿੰਦੇ ਇੱਕ ਇੰਡੀਅਨ ਸਪੇਸ ਦੇ ਨਾਲ ਮਿਲ ਕੇ ਇੱਕ ਕੰਮ ਕਰ ਰਹੀ ਹੈ ਇਸਰੋ ਇੰਡੀਅਨ ਸਪੇਸ ਹੈ ਨਾ ਤਾਂ ਉਹਦੇ ਨਾਲ ਇੱਕ ਇਦਾਂ ਦੀ ਕਹਿ ਸਕਦੇ ਹੋ ਕੰਪਨੀ ਆ ਜਾਂ ਕਹਿ ਸਕਦੇ ਹੋ ਹਨਾ ਤੇ ਉਹ ਉਹਨਾਂ ਨਾਲ ਮਿਲ ਕੇ ਇੱਕ ਪ੍ਰੋਜੈਕਟ ਚਲਾ ਰਹੀ ਹੈ ਇੰਡੀਅਨ ਸਪੇਸ ਟੈਕ ecosystem at boost ਮਤਲਬ ਕਿ ਇੱਕ ਇਦਾਂ ਦਾ ਜੰਤਰ ਬਣਾਉਣ ਦਾ ਕੋਈ ਵੀ ਕੰਮ ਕਰਨ ਦੇ ਲਈ ਉਹਨਾਂ ਨੇ ਸੋਚਿਆ ਤਾਂ ਕੌਣ ਹੈ ਮਾਈਕਰੋਸਾਫਟ ਨੇ ਮਾਈਕਰੋਸਾਫਟ ਵਿਲਗੇਟਸ ਦਾ ਨਾਮ ਤੁਸੀਂ ਸੁਣਿਆ ਹੋਣਾ ਵਿਲਗੇਟਸ ਦੇ ਮਾਲਿਕ ਨੇ ਮਾਲਿਕ ਠੀਕ ਹੈ ਚਲੋ ਜੀ ਅੱਗੇ ਚੱਲਦੇ ਹਾਂ ਕਹਿੰਦੇ ਜੀ ਫਰਸਟ ਵੈਕਸੀਨ ਜਿਹੜੀ ਆ ਲਾਂਚ ਕਰਤੀ ਜਾਂ ਅਪਰੂਵਡ ਕਰਤੀ ਕਿਸ ਨੇ ਕੀਤੀ ਹੈ ਜੀ ਕਹਿੰਦੇ ਜੀ ਡਿਕਲਾਈਨ ਹਣੀ ਵੀ ਨਹੀਂ ਹਣਾ ਤਾਂ ਉਹ ਜੁਐਸ ਨਹੀਂ ਕਰਤੀ ਠੀਕ ਹੈ ਉਸ ਤੋਂ ਬਾਅਦ ਦੇਖਦੇ ਅੱਗੇ ਹੈ ਕਹਿੰਦੇ ਜੀ ਇੱਕ ਕਾਸਟ ਸਰਵੇ ਨੂੰ ਲੈ ਕੇ ਮੈਨੂੰ ਜਿੱਥੇ ਤੱਕ ਬਹੁਤ ਸਹੀ ਹੈ ਕੋਈ ਡਿਸੀਜਨ ਨਹੀਂ ਲੱਗਿਆ ਕਾਸਟ ਵਿਸਸ ਤੇ ਅਗਰ ਕਿਸੇ ਹਨਾ ਵੀ ਤੁਸੀਂ ਕਰ ਰਹੇ ਹੋ ਇੱਕ ਇਦਾਂ ਦੀ ਸਟੇਟ ਹੈ ਜਿਹੜੀ ਕਿ ਗਵਰਨਮੈਂਟ ਨੇ ਇੱਕ ਇਦਾਂ ਦਾ ਅਪਰੂਵਡ ਕਰਤੀ ਹੈ ਤੇ ਉਹਨਾਂ ਨੇ ਸ਼ੁਰੂ ਕਰਤੀ ਹੈ ਕਿ ਕਾਸਟ ਸਰਵੇ ਇਨ ਦਾ ਡਿਫਰੈਂਟ ਪਾਰਟ ਆਫ ਸਟੇਟ ਕਹਿੰਦੇ ਜੀ ਸਟੇਟ ਦੇ ਵਿੱਚ ਖ਼ਾਸਟ ਵਾਈਜ਼ ਜਿਹੜੀ ਕਿ ਜਨਗਣਨਾ ਜਿਹੜੀ ਹੋ ਸਕਦੀ ਆ ਸਰਵੇ ਹੋ ਸਕਦਾ ਸੌਰੀ ਸਰਵੇ ਹੋ ਸਕਦਾ ਠੀਕ ਹੈ ਉਹ ਕਿਸ ਨੇ ਕੀਤਾ ਵਿਹਾਰ ਨੇ ਕੀਤਾ ਜੀ ਵਿਹਾਰ ਨੇ ਵਿਹਾਰ ਨੇ ਕੀਤਾ ਸਭ ਤੋਂ ਪਹਿਲਾਂ ਉਹਦੇ ਵਿੱਚ ਕੀ ਕਰਨਾ ਇਹ ਤਾਂ ਦੇਖੋ ਨਹੀਂ ਕਹਿ ਸਕਦੇ ਪਰ ਸ਼ੁਰੂ ਕਰਤਾ ਹਨਾ ਕਹਿੰਦੇ ਜੀ ਫਰਸਟ ਸਟੇਟ ਹੋਗੀ ਕੰਟਰੀ ਦੇ ਵਿੱਚ ਜਿਨ੍ਹਾਂ ਨੇ ਕਿ ਫੁਲੀ ਡਿਜੀਟਲੀ 뱅킹 ਸਰਵਿਸ ਦੇਤੀ ਮਨ ਲਓ ਕਿ ਬੈਂਕ ਦੇ ਵਿੱਚ ਹੁਣ ਤੁਸੀਂ ਜਾਣੇ ਹੋ ਤੁਹਾਨੂੰ ਕੀ ਆ ਸਾਰੀ ਸਕਰੀਨ ਵਗੈਰਾ ਮਿਲੇਗੀ ਤੁਹਾਨੂੰ ਕਿਤੋਂ ਪੁੱਛਣ ਦੀ ਲੋੜ ਨਹੀਂ ਹੈ ਸਭ ਕੁਝ ਤੁਹਾਨੂੰ ਕੰਪਿਊਟਰਾਈਜ਼ ਸਾਰੀ ਇਨਫੋਰਮੇਸ਼ਨ ਮਿਲੇਗੀ ਪੂਰੀ ਦੀ ਪੂਰੀ ਸਰਵਿਸ ਕੀ ਕਰਦੀ ਡਿਜੀਟਲ ਕਰਦੀ ਤਾਂ ਡਿਜੀਟਲ ਕਰਨ ਵਾਲਾ ਕਿਹੜਾ ਹੈ ਜੇ ਫਰਸਟ ਸਟੇਟ ਹੈ ਭਾਰਤ ਦੀ ਉਹ ਕੇਰਲਾ ਹੈ ਤੇ ਇਹ ਕਹਿ ਸਕਦੇ ਹੋ ਲਿਟਰੇਸੀ ਰੇਟ ਹਨਾ ਲਿਟਰੇਸੀ ਰੇਟ ਹੈ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਹੈ ਆਪਣੀ ਕੇਰਲਾ ਦੀ ਹੈ ਠੀਕ ਹੈ ਇੰਪੋਰਟੈਂਟ ਹੈ ਹਾਂਜੀ ਉਸ ਤੋਂ ਬਾਅਦ ਆ ਫਿਰ ਆਪਾਂ ਗੱਲ ਕਰ ਲਈਏ ਕ੍ਰਿਕਟ ਦੀ ਗੱਲ ਲੱਗੀ ਕਹਿੰਦੇ ਜੀ ਕ੍ਰਿਕਟ ਕ੍ਰਿਕਟ ਤਾਂ ਦੇਖੋ ਇੰਡੀਅਨ ਦੀ ਗੱਲ ਕਰਦੇ ਆ ਤੁਹਾਨੂੰ ਇਹਦੇ ਕੁਐਸਚਨ ਦੇਖਣ ਨੂੰ ਮਿਲਦਾ ਕਹਿੰਦੇ ਜੀ T20 ਦੀ ਗੱਲ ਕਰਦੇ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ T20 ਦੀ ਗੱਲ ਕਰਦੇ ਆ ਜਿਨ੍ਹਾਂ ਨੇ ਕਿ ਬਹੁਤ ਘੱਟ ਮੌਲਾਂ ਖੇਡ ਕੇ ਆਪਣੇ 1500 ਰਨ ਜਿਹੜੇ ਕਿ ਫਾਸਟੈਸਟ ਪਲੇਅਰ ਨੇ ਹੈ ਨੇ ਜਿਨ੍ਹਾਂ ਨੇ ਰਨ ਬਣਾਇਆ ਉਹ ਹੈ ਸੂਰਜ ਕੁਮਾਰ ਯਾਦਵ ਸੂਰਜ ਕੁਮਾਰ ਯਾਦਵ ਆਈਪੀਐਲ ਦੇ ਵਿੱਚ ਪਲੇਅਰ ਸੀ ਕਿਸਦੇ ਅੰਡਰ ਖੇਡੇ ਸੀ ਮੁੰਬਈ ਦੀ ਟੀਮ ਦੇ ਅੰਦਰ ਠੀਕ ਹੈ ਅਗਰ ਤੁਹਾਨੂੰ ਪੁੱਛ ਲਿਆ ਕਿਸ ਪਲੇਅਰ ਹੈ ਕਿਉਂਕਿ ਕਈ ਵਾਰ ਕੁਐਸਚਨ ਪੁੱਛ ਲੈਂਦੇ ਨੇ ਉਹਨੂੰ ਘੁਮਾ ਦਿੱਤਾ ਜਾਂਦਾ ਹੁਣ ਦੇਖ ਲਓ ਸੂਰਜ ਕੁਮਾਰ ਜਾਦਮ ਨੇ 1500 ਰਨ ਬਣਾਤੇ ਨੇ ਉਸ ਤੋਂ ਬਾਅਦ ਪੁੱਛ ਲਿਆ ਵੀ ਆਈਪੀਐਲ ਦੇ ਵਿੱਚ ਕਿਹੜੀ ਟੀਮ ਦੇ ਵਿੱਚ ਸੀ ਤੁਸੀਂ ਕਹੋਗੇ ਮੁੰਬਈ ਦੇ ਵਿੱਚ ਸੀਗੇ ਹਾਂਜੀ ਇੱਕ ਆਬਾ ਊਮਨ ਦੀ ਗੱਲ ਕਰੀਏ ਹਨਾ ਵਿਜ਼ਡਨ T20 ਦੇ ਵਿੱਚ ਹਰਮਨਪ੍ਰੀਤ ਹਰਮਨਪ੍ਰੀਤ ਜਿਹੜੀ ਕੋਰ ਆ ਇਹਨਾਂ ਨੇ ਸਭ ਤੋਂ ਜ਼ਿਆਦਾ ਰਨ ਬਣਾਤੇ ਆ ਆਈਆਈਸੀਸੀ T20 ਵਿੱਚ ਤਹਿਲੀਆ ਜਿਹੜਾ ਉਹਨਾਂ ਨੇ ਸਭ ਤੋਂ ਜ਼ਿਆਦਾ ਰਨ ਬਣਾਏ ਨੇ ਹਨਾ ਬੂਮੇਨ ਦੀਵਿਆ ਆਪਾਂ ਗੱਲ ਕਰ ਲਈ ਕਹਿੰਦੇ ਇਸ ਸਾਲ ਦੀ ਗੱਲ ਕਰਦੇ ਆਂ ਕਹਿੰਦੇ ਜੀ ਹੋਸਟ ਕੀਤਾ ਹੈ ਹਿੰਦੀ ਕਾਨਫਰੰਸ ਨੂੰ 2023 ਨੂੰ ਤਾਂ ਕਿਸ ਨੇ ਕੀਤਾ ਜੀ ਦੇਖੋ ਇੰਟਰਨੈਸ਼ਨਲ ਹਿੰਦੀ ਹਿੰਦੀ ਡੇ ਵੀ ਹੁੰਦਾ ਇੱਕ ਨੈਸ਼ਨਲ ਲੈਵਲ ਤੇ ਵੀ ਹੁੰਦਾ ਆਪਾਂ ਵਰਲਡ ਲੈਵਲ ਦੀ ਗੱਲ ਕਰਦੇ ਆਂ ਵਰਲਡ ਦੇ ਵਿੱਚ ਹਿੰਦੀ ਡਿਵਸ ਕਦੋਂ ਬਣਾਇਆ ਜਾਂਦਾ 10 ਜੂਨ ਨੂੰ ਇੰਪੋਰਟੈਂਟ ਹੈ ਅਗਰ ਨੈਸ਼ਨਲ ਲੈਵਲ ਦੀ ਗੱਲ ਕਰ ਲਈਏ ਸਤੰਬਰ 14 ਨੂੰ ਹਾਂ ਹਿੰਦੀ ਪਕਵਾੜਾ ਆਪਾਂ ਸਕੂਲਾਂ ਦੇ ਵਿੱਚ ਆਪਾਂ ਕਹਿ ਸਕਦੇ ਨਾ ਹਿੰਦੀ ਪਕਵਾੜਾ ਪਕਵਾੜਾ ਦੇ ਨਾਮ ਨਾਲ ਦੇਖਦੇ ਕਿ ਹਿੰਦੀ ਦਿਵਸ ਮਨਾਇਆ ਜਾਂਦਾ ਤਾਂ ਪਰ ਆਪਾਂ ਕੰਟਰੀ ਦੀ ਗੱਲ ਕਰਦੇ ਆ ਕਿ ਇਹ 2023 ਦੇ ਵਿੱਚ ਮੇਜ਼ਬਾਨੀ ਕਰ ਰਿਹਾ ਹੈ ਤੇ ਕਿਹੜਾ ਫੀਜੀ ਕਰ ਰਿਹਾ ਜੀ ਫੀਜੀ ਤੇ 14 ਸਤੰਬਰ ਨੂੰ ਹੋਵੇਗਾ ਤੇ 10 ਜੂਨ ਨੂੰ ਜਿਹੜਾ ਕਿ ਕੀ ਹੈ ਇੰਟਰਨੈਸ਼ਨਲ ਲੈਵਲ ਤੇ ਆ ਤੇ ਉਹਨਾਂ ਨੇ ਕੀਤਾ ਹੈ ਤੇ ਕਿਉਂਕਿ 10 ਜੂਨ ਮੰਗ ਚੁੱਕੀ ਇਸ ਕਰਕੇ ਉਸ ਤੋਂ ਬਾਅਦ ਹੈ ਕਹਿੰਦੇ ਜੀ ਨੈਸ਼ਨਲ ਯੂਥ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਕਹਿੰਦੇ 12 ਤੋਂ ਹਨਾ 12 ਜਨਵਰੀ ਤੋਂ ਆ ਤੇ ਕਿਸ ਦੀ ਵਰਥ ਯੂਨੀਵਰਸਿਟੀ ਕਹਿ ਸਕਦੇ ਆ ਕਿਸ ਦੀ ਜਨਮ ਦਿਹਾੜੇ ਤੇ ਜਿਹੜਾ ਕਿ ਆਪਾਂ ਕਹੇ ਨੈਸ਼ਨਲ ਯੂਥ ਦੇ ਹਨਾ ਰਾਸ਼ਟਰੀ ਜੁਵਾ ਡੇ ਰਾਸ਼ਟਰੀ ਯੂਵਾ ਦਿਵਸ ਮਨਾਇਆ ਜਾਂਦਾ ਕਿਸ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਕਿਸ ਦੇ ਜਨਮ ਦਿਨ ਤੇ ਸੁਆਮੀ ਵਿਵੇਕਾਨੰਦ ਦੇ ਠੀਕ ਆ ਜੀ ਸੁਆਮੀ ਵਿਵੇਕਾਨੰਦ ਤੇ ਇਸ ਬਾਦ ਜਿਹੜਾ ਥੀਮ ਸੀਗਾ ਇਸ ਬਾਦ ਦਾ ਜਿਹੜਾ ਥੀਮ ਸੀਗਾ ਉਹਦੀ ਗੱਲ ਕਰਦੇ ਆ ਵਿਕਸਿਤ ਜੁਵਾ ਵਿਕਸਿਤ ਭਾਰਤ ਠੀਕ ਹੈ ਵਿਕਸਿਤ ਯੁਵਾ ਵਿਕਸਿਤ ਭਾਰਤ ਸੀਗਾ ਇਹ ਹੁਗਲੀ ਦੇ ਵਿੱਚ ਆ ਕਰਨਾਟਕਾ ਤੇ ਵਿੱਚ ਕਰਨਾਟਕਾ ਦੇ ਵਿੱਚ ਹੁਗਲੀ ਹੈ ਤੇ ਇਹ ਵੀ ਦੇਖ ਲਓ ਕਈ ਵਾਰ ਕੁਐਸਚਨ ਆਇਆ ਸਟੈਟਿਕ ਜੀਕੇ ਕੰਪਲੀਟ ਹੋ ਜੂ ਕਹਿੰਦੇ ਲੋਂਗੇਸਟ ਰੇਲਵੇ ਪਲੇਟਫਾਰਮ ਕਿੱਥੇ ਆ ਤੁਸੀਂ ਕਹੋਗੇ ਕਰਨਾਟਕਾ ਦੇ ਵਿੱਚ ਠੀਕ ਹੈ ਕਰਨਾਟਕਾ ਦੇ ਵਿੱਚ ਆ ਇਦਾਂ ਦੇ ਕੁਐਸਚਨ ਕਈ ਵਾਰ ਆ ਜਾਂਦੇ ਆ ਉਸ ਤੋਂ ਬਾਅਦ ਕਹਿੰਦੇ ਜੀ ਨੈਸ਼ਨਲ ਸਾਇੰਸ ਡੇ ਦਾ ਇਸ ਵਾਰ ਦਾ ਥੀਮ ਕੀ ਸੀਗਾ ਤੇ ਥੀਮ ਕੀ ਸੀਗਾ ਇਹ ਹੈ ਗਲੋਬਲ ਸਾਇੰਸ ਫਾਰ ਗਲੋਵਰ ਵੀਲ ਇਥੇ ਵੈਲ ਬੀਇੰਗ ਹਨਾ ਤਾਂ ਇਹ ਇਹਦਾ ਥੀਮ ਸੀਗਾ ਜਿਹੜਾ ਅਸੀਂ ਗੱਲ ਕਰ ਲਈਏ ਇਹ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ 28 ਫਰਵਰੀ ਨੂੰ 28 ਫਰਵਰੀ ਨੂੰ ਠੀਕ ਹੈ ਦੇਖੋ 28 ਫਰਵਰੀ ਨੂੰ ਇਸ ਦਿਨ ਕਿਹ ਉਹ ਸੀ ਵੀ ਰਮਨ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੇ ਰਮਨ ਇਫੈਕਟ ਦੀ ਜਿਹੜੀ ਖੋਜ ਕੀਤੀ ਸੀ ਉਸਦੇ ਹੀ ਚੱਲਦੇ ਇਹਨਾਂ ਨੇ ਸਾਇੰਸ ਡੇ ਸੈਲੀਬ੍ਰੇਟ ਕੀਤਾ ਅਗਰ 28 ਫਰਵਰੀ ਦੇ ਵਿੱਚ ਤੇ ਤੁਸੀਂ ਕਹਿ ਸਕਦੇ ਹੋ ਸਵਾਰ ਦਾ ਥੀਮ ਕੀ ਸੀ ਤੁਹਾਡੀਆਂ ਨਜ਼ਰਾਂ ਤੋਂ ਦੂਰ ਨਹੀਂ ਹੈ ਕਿ ਉਸ ਤੋਂ ਬਹੁਤ ਵਧੀਆ ਸਵਾਲ ਆ ਪੰਜਾਬੀ ਦੇ ਲਈ ਦੇਚ ਪੰਜਾਬ ਦੇ ਲਈ ਹਨਾ ਕਹਿੰਦੇ ਜੀ ਇੱਕ ਇਹੋ ਜੀ ਕੰਟਰੀ ਆ ਵਰਲਡ ਦੀ ਜਿਨ੍ਹਾਂ ਨੇ ਕਹਿਤਾ ਸਾਡੀ ਪੰਜਾਬੀ ਪਬਲਿਕ ਸਕੂਲ ਦੇ ਵਿੱਚ ਪੜ੍ਹਾ ਸਕਦੇ ਹੋ ਤੇ ਹੋ ਗਈ ਹੈ ਕੌਣ ਸਾ ਦੇਸ਼ ਪਬਲਿਕ ਸਕੂਲ ਨੇ ਹਿੰਦੀ ਪੜ੍ਹਾਇਆ ਜਾਣੇ ਕੇ ਲਈ ਤਿਆਰ ਹੈ ਕਹਿੰਦੇ ਜੀ ਅਸੀਂ ਤਿਆਰ ਆ ਪੰਜਾਬੀ ਤੁਸੀਂ ਪੜ੍ਹਾ ਸਕਦੇ ਹੋ ਉਹ ਆਸਟ੍ਰੇਲੀਆ ਆ ਕਹਿੰਦੇ ਇਹੋ ਜੀ ਭਾਸ਼ਾ ਕਿਹੜੀ ਆ ਜਿਹੜੀ ਦਿਨੋਂ ਦਿਨ ਵੱਧਦੀ ਪਈ ਆ ਜੇ ਆਪਾਂ ਗੱਲ ਕਰੀਏ ਪੰਜਾਬੀ ਨੂੰ ਹੀ ਮੁੱਖ ਤੌਰ ਤੇ ਮੰਨਿਆ ਹੈ ਇਸ ਦੇ ਅਨੁਸਾਰ ਤੇ ਮੈਂ ਕਹਣਾ ਜਿਹੜੇ ਪੰਜਾਬੀ ਦੇ ਟੀਚਰ ਨੇ ਨਾ ਹੁਣ ਤੁਸੀਂ ਬੀਅਡ ਕਰ ਰਹੇ ਹੋ ਤਾਂ ਆਨਰ ਸਮੇਂ ਦੇ ਵਿੱਚ ਇਹ ਆਸਟ੍ਰੇਲੀਆ ਦੇ ਵਿੱਚ ਟੀਚਰ ਸਾਰੇ ਤਾਂ ਨਹੀਂ ਲੱਗੇ ਜਾ ਕੇ ਹੁਣ ਟੀਚਰ ਜਿਹੜੇ ਆ ਪੰਜਾਬੀ ਦੇ ਸਪੈਸ਼ਲੀ ਦੇਖ ਲਓ ਉਹਨਾਂ ਨੂੰ ਵੀਜ਼ਾ ਮਿਲ ਸਕਦਾ ਉਹਨਾਂ ਦਾ ਸੁਪਨਾ ਹੈ ਨਾ ਸੁਪਨਾ ਪੂਰਾ ਹੋ ਸਕਦਾ ਜੇਕਰ ਉਹ ਟੀਚਰ ਲੱਗਣਗੇ ਜੇ ਆਪਾਂ ਹੁਣ ਕਲੀਅਰ ਕਰਾਂਗੇ ਪੇਪਰ ਉਸ ਤੋਂ ਬਾਅਦ ਆਪਾਂ ਫੁੱਲ ਕਰਾਂਗੇ ਕਲੀਅਰ ਕਰਨ ਤੋਂ ਬਾਅਦ ਹੀ ਆਪਾਂ ਜਾ ਸਕਦੇ ਆ ਆਦਰਵਾਇਜ਼ ਨਹੀਂ ਜਾ ਸਕਦੇ ਦੇਖੋ ਸਭ ਤੋਂ ਵੱਡਾ ਸੁਪਨਾ ਆਪਣਾ ਕਿਵਰੀ ਬਾਹਰ ਤੋਂ ਹੁੰਦਾ ਤੇ ਬਾਹਰ ਜਾ ਸਕਦੇ ਆ ਲਓ ਇਸ ਵਾਰ ਮੌਕਾ ਖੋਲਤਾ ਤੇ ਜੀਵੀ ਸਾਹਿਬ ਨੇ ਤੁਹਾਨੂੰ ਦੱਸਤਾ ਠੀਕ ਹੈ ਕਹਿੰਦੇ ਫਾਰਮਲ ਇੰਡੀਅਨ ਕ੍ਰਿਕਟਿੰਗ ਟੀਮ ਪਲੇਅਰ ਆਏਗਾ ਨਾ ਪਲੇਅਰ ਹੈ ਨਾ ਇੱਕ ਫਾਰਮਰ ਰੈਨ ਹੈ ਨਾ ਇੱਕ ਭਾਰਤ ਦੇ ਬਹੁਤ ਹੀ ਮਸ਼ਹੂਰ ਕਹਿ ਸਕਦੇ ਕ੍ਰਿਕਟ ਪਲੇਅਰ ਨੇ ਜਿਨ੍ਹਾਂ ਨੇ ਡ੍ਰੋਨ ਮਾਰਕੀਟ ਗਰਾਉਂਡ ਦਾ 에어로ਸਪੇਸ ਦੇ ਵਿੱਚ ਕੀ ਆਪਣੇ ਪੈਸੇ ਵੀ ਲਗਾਏ ਹੋਏ ਨੇ ਹੈ ਨਾ ਉਹਨਾਂ ਨੇ ਲਾਂਚ ਕੀਤਾ ਹੈ ਇੱਕ ਡ੍ਰੋਨ ਡ੍ਰੋਨ ਦਾ ਨਾਮ ਵੀ ਡ੍ਰੋਨੀ ਰੱਖਿਆ ਹੈ ਤਾਂ ਕਿਸ ਪਲੇਅਰ ਦੇ ਨਾਮ ਤੇ ਜਿਹੜਾ ਇਹ ਨਾਮ ਰੱਖਿਆ ਐਮ ਐਸ ਧੋਨੀ ਐਮ ਐਸ ਧੋਨੀ ਨੇ ਆਪਣੇ ਜਿਹੜਾ ਕਿ ਗਰਾਉਂਡਾ 에어로ਸਪੇਸ ਦੇ ਵਿੱਚ ਵੀ ਕੁਝ ਫੰਡ ਲਗਾਇਆ ਹੋਇਆ ਹੈ ਠੀਕ ਹੈ ਉਸ ਤੋਂ ਬਾਅਦ ਹੈ ਕਹਿੰਦੇ ਜੀ 크라운 ਮਿਸ ਯੂਨੀਵਰਸਲ 2022 ਦੇ ਵਿੱਚ ਸਰਮਨੀ ਜਿਹੜੀ ਆ ਉਹ ਹਾਸ ਵਨ ਕਰਾਉਨ ਹਿਸ ਯੂਨੀਵਰਸਲ 2022 ਹਨ ਐਟ ਦਾ ਸਰਮਨੀ ਹੈਲਡ ਇਨ ਦਾ ਨਿਊ ਓਨਲੀਨ ਮੈਕਸੀਕੋ ਓਨਲੀਨ ਮੈਕਸੀਕੋ ਦੇ ਵਿੱਚ ਜਿਹੜੀ ਹੋਈ ਹੈ ਤਾਂ ਉਹਦੇ ਵਿੱਚ ਜੇ ਗੱਲ ਕਰੀਏ ਕੈਮੀ ਸੀਗੀ ਹੈ 71 ਸੀਗੀ 71 ਹਨਾ 71 जा 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 ना? 71 ਸੀਗੀ ਉਸ ਦੇ ਵਿੱਚ ਕੌਣ ਜਿੱਤਿਆ ਹੈ ਜਿਹੜਾ ਜਿਹੜਾ ਮਿਸ ਯੂਨੀਵਰਸਲ ਕੌਣ ਬਣਿਆ ਤਾਂ ਜੁ ਮਿਸ ਯੂਨੀਵਰਸ ਬਣਿਆ ਹੈ ਆਰ ਬੌਨੀ ਗੈਬਰੀਅਲ ਠੀਕ ਹੈ ਤਾਂ ਇਸ ਤੋਂ ਪਹਿਲਾਂ ਜਿਹੜੀ 70ਵੀਂ ਕੌਣ ਬਣੀ ਆ ਰਨਾਜ ਸੰਧੂ ਹਨਾ ਹਰਨਾਨ ਸੰਧੂ ਬਣੀ ਸੀ ਤਾਂ ਇਹਦੇ ਵਿੱਚ ਜੇ ਆ ਗੱਲ ਕਰੀਏ 71 ਦੇ ਵਿੱਚ ਇੰਡੀਅਨ ਵੀ ਕੋਈ ਸੀਗੀ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਸੀ ਦਿਵਿਤਾ ਰਾਏ ਦਿਵਿਤਾ ਰਾਏ ਨੇ ਵੀ ਪਾਰਟਿਸਪੇਟ ਕੀਤਾ ਸੀਗਾ ਇਹਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹੈ ਕਹਿੰਦੇ ਜੇ ਐਮ ਅ ਐਨ ਐਮ ਡੀ ਸੀ ਨੇ ਇੱਕ ਬ੍ਰੈਂਡ ਅਮਿੰਸਟਰ ਜਿਹੜਾ ਨਿਯੁਕਤ ਕੀਤਾ ਹੈ ਅਪੋਇੰਟ ਕੀਤਾ ਹੈ ਠੀਕ ਹੈ ਉਹ ਕੌਣ ਆ ਇਹ ਤੇਲੰਗਣਾ ਤੋਂ ਨੇ ਕੌਣ ਆ ਨਿਕਤ ਜਰੀਨ ਨਿਕਤ ਜਰੀਨ ਨੂੰ ਇੱਕ ਹੀ ਬ੍ਰੈਂਡ ਅਮਿੰਸਟਰ ਬਣਾਤਾ ਹੈ ਕਿਸ ਦਾ ਐਨ ਐਮ ਡੀ ਸੀ ਦਾ ਚਾਦ ਕਰ ਲੂ ਕਈ ਵਾਰ ਆ ਸਕਦਾ ਯੂਨੈਸਕੋ ਨੇ ਇੱਕ ਹੈਰੀਟੇਜ ਆ ਹਾਈਡਰੇਟੇਜ ਉਹਨਾਂ ਨੇ ਨਿਯੁਕਤ ਕੀਤਾ ਕਿ ਉਹ ਹੁਣ ਕੀ ਹੋ ਗਈ ਡੇਂਜਰ ਸਾਈਟ ਹੋ ਗਈ ਖਤਮ ਹੋ ਰਹੀ ਆ ਇਹ ਕਿਸ ਕੰਟਰੀ ਦੇ ਵਿੱਚ ਆ ਕਹਿੰਦੇ ਜੀ ਹਨਾ 오ਡੀਸਾ ਜਿਹੜੀ ਆ ਇੱਕ ਹੈਰੀਟੇਜ ਇੱਕ ਜਗਾਗੀ ਉਹ ਕਹਿੰਦੇ ਇੱਕ ਖਤਰੇ ਦੀ ਲਕੀਰ ਤੇ ਆ ਗਈ ਤਾਂ ਪਰ ਇਹ ਕਿਹੜੀ ਕੰਟਰੀ ਦੇ ਵਿੱਚ ਆ ਯੂਕਰੇਨ ਦੇ ਵਿੱਚ ਤੁਹਾਨੂੰ ਪਤਾ ਹੈ ਰਸ਼ੀਆ ਦੇ ਯੂਕਰੇਨ ਦੇ ਜਿਹੜਾ ਕਿ ਜੰਗ ਚੱਲਦੀ ਪਈ ਸੀਗੀ ਉਹਦੇ ਕਰਕੇ ਇਹ ਜਿਹੜੀ ਖਤਰੇ ਚ ਆ ਗਈ ਇਹਨਾਂ ਨੇ ਯੂਨੈਸਕੋ ਨੇ ਇਹ ਕਹਿਤਾ ਇਸ ਕੰਟਰੀ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਇੰਡੀਆ ਦੀ ਗੱਲ ਕਰੇ ਜੀ 20 ਦੀ ਗੱਲ ਹਨਾ ਜਿਹੜਾ ਕਿ ਸਮਿਟ ਹੋਇਆ ਸੀਗਾ ਤਾਂ ਉਹਦਾ ਜਿਹੜਾ ਮਾਡਲ ਜਿਹੜਾ ਮੁੰਬਈ ਦੇ ਵਿੱਚ ਹੈ ਮੁਕਤ ਤੌਰ ਤੇ ਹਨਾ ਤੇ ਉਹਨਾਂ ਨੇ ਛਰਪਾ ਜਿਹੜੀ ਹੈ ਭਾਰਤ ਨੇ ਜੀ 20 ਛਰਪਾ ਨੇ ਭਾਰਤ ਕੇ ਪਹਿਲੇ ਮਾਡਲ ਜੀ 20 ਸ਼ਿਖਰ ਸੰਮੇਲਨ ਦਾ ਉਦਘਾਟਨ ਕੀਆ ਭਾਰਤ ਕਾ ਜੀ 20 ਛਰਪਾ ਕੌਣ ਥਾ ਤਾਂ ਅਮਿਤ ਕਾਂਤ ਸੀਗਾ ਅਮਿਤਾਵ ਕਾਂਤ ਸੀਗਾ ਜੀਰਾ ਕੀ ਇਸ ਦਾ ਮਾਡਲ ਸੀਜੀ 20 ਦਾ ਹਨਾ 4ਪਾ ਸੀਗਾ 4ਪਾ ਠੀਕ ਹੈ ਤਾਂ ਉਹਦਾ 4ਪਾ ਕੌਣ ਸੀਗਾ ਤੇ ਇਹੀ ਸੀਗੇ ਇਪੋਰਟੈਂਟ ਹੈ ਇਥੇ ਉਸ ਤੋਂ ਬਾਅਦ ਇਹ ਕਹਿੰਦੇ ਜੀ ਵਿਚ ਆਰਮੀ ਰੈਜੀਮੈਂਟ ਇਦਾਂ ਦੀ ਕਿਹੜੀ ਆਰਮੀ ਰੈਜੀਮੈਂਟ ਆ ਜਿਨ੍ਹਾਂ ਨੇ ਇੱਕ ਪਬਲਿਕ ਡੇ ਪਰੇਡ ਹੁਣ ਬਹੁਤ ਸਾਰੇ ਨੂੰ ਪਬਲਿਕ ਜਿਹੜਾ ਡੇ ਨਹੀਂ ਪਤਾ ਹੁੰਦਾ ਉਹ 26 ਜਨਵਰੀ ਹਨਾ 26 ਜਨਵਰੀ ਆ ਤੇ 15 ਅਗਸਤ ਕੀ ਆ 인ਡੀਪੈਂਡੈਂਸ ਡੇ ਆਜ਼ਾਦੀ ਦਾ ਦਿਨ ਹਨਾ ਤਾਂ 26 ਜਨਵਰੀ ਨੂੰ ਪੇਡ ਹੋਈ ਆ ਉਹਦੇ ਵਿੱਚ ਕਹਿੰਦੇ ਜੰਦ ਦੀ ਬਹੁਤ ਵਧੀਆ ਟੁਕੜੀ ਸੀ ਰੈਜੀਮੈਂਟ ਸੀ ਜਿਨ੍ਹਾਂ ਨੇ ਬਹੁਤ ਵਧੀਆ ਪਲੇਟ ਕੀਤੀ ਆ ਹਨਾ ਮਾਰਚ ਪਾਸਟ ਕੀਤੀ ਆ ਤਾਂ ਉਹ ਕਿਰੀਆ ਪੰਜਾਬ ਰੈਜੀਮੈਂਟ ਆ ਤਾਂ ਉਹਨਾਂ ਨੂੰ ਸਭ ਸ੍ਰੇਸ਼ਟ ਜਿਹੜੀ ਆ ਕੌਸ਼ਿਸ਼ ਕੀ ਕੋਸ਼ਿਸ਼ ਕਰਤਾ ਵੀ ਹਾਂ ਜੀ ਤੁਸੀਂ ਸਭ ਤੋਂ ਵਧੀਆ ਰੈਜੀਮੈਂਟੋਂ ਠੀਕ ਹੈ ਉਸ ਤੋਂ ਬਾਅਦ ਦੇਖੋ ਮਿਨਿਸਟਰੀ ਵੀ ਆਪਣੀ ਇੱਕ ਅ ਪ੍ਰੇਡ ਲੈ ਕੇ ਆਉਂਦੀ ਆ ਤਾਂ ਉਹਦੇ ਵਿੱਚੋਂ ਬੈਸਟ ਪ੍ਰੇਡ ਜਿਹੜੀ ਕਿ ਕਿਸ ਮਿਨਿਸਟਰੀ ਨੂੰ ਮਿਲੀ ਹੈ 74 ਮੰਨ ਲਓ ਕਿ 2023 ਦੇ ਵਿੱਚ ਸਭ ਤੋਂ ਵਧੀਆ ਪ੍ਰੇਡ ਕਿਸ ਮਿਨਿਸਟਰੀ ਨੇ ਕੀਤੀ ਹੈ ਉਹ ਹੈ ਟ్రਾਈਬਲ ਅਫੇਅਰਸ ਨੇ ਹਨਾ ਉਹਦਾ ਜਿਹੜਾ ਮੁੱਖ ਤੌਰ ਤੇ ਚੱਲ ਜੇ ਕਦਾ ਮੁਖੀ ਕੋਣ ਅਰਜੁਨ ਮੁੰਡਾ ਹੈ ਤਾਂ ਮੁੰਡਾ ਇੱਕ ਟਰਾਈ ਵੀ ਹੈ ਨਾ ਟਰਾਈ ਵੀ ਮੁੰਡਾ ਤੁਹਾਨੂੰ ਪਤਾ ਹੈ ਮੁੰਡਾ ਇੱਕ ਬਹੁਤ ਨਾਮ ਮਸ਼ਹੂਰ ਹੋਇਆ ਤਾਂ ਉਸ ਤੋਂ ਯਾਦ ਤੁਸੀਂ ਕਰ ਸਕਦੇ ਹੋ ਉਸ ਬਾਅਦ ਇਹ ਕਹਿੰਦੇ ਜੀ 46 ਅੰਤਰਰਾਸ਼ਟਰੀ ਕੋਲਕੱਤਾ ਪੁਸਤਕ ਮੇਲੇ ਦਾ ਥੀਮ ਕੀ ਸੀਗਾ ਦੇਖੋ ਮੈਡਰਿਡ ਦੇ ਵਿੱਚ ਇੱਕ ਬੁੱਕ ਫੇਅਰ ਲੱਗਿਆ ਬੁੱਕ ਫੇਅਰ ਲੱਗਿਆ ਉਹਦੇ ਵਿੱਚ ਇੰਡੀਆ ਨੂੰ ਐਜ਼ ਏ ਗੈਸਟ ਐਜ਼ ਏ ਗੈਸਟ ਜਿਹੜਾ ਬੁਲਾਇਆ ਗਿਆ ਵੀ ਤੁਸੀਂ ਆਓ ਉਸਦੇ ਚੱਲਦੇ ਹੀ ਕਹਿੰਦੇ ਜੀ ਹੁਣ ਉਹਨਾਂ ਨੇ ਤਾਂ ਸਾਨੂੰ ਬੁਲਾ ਲਿਆ ਹੁਣ ਉਹਨਾਂ ਨੂੰ ਵੀ ਕਿਸੇ ਨਾ ਹਨਾ ਮੈਟਰੀਡ ਦੇ ਵਿੱਚ ਹੋਇਆ ਜਿਹੜਾ ਕਿ ਸਪੇਨ ਦੇ ਵਿੱਚ ਹੈ ਠੀਕ ਹੈ ਹੁਣ ਸਪੇਨ ਵਾਲਿਆਂ ਨੇ ਤਾਂ ਹੁਣ ਭਾਰਤ ਨੂੰ ਬੁਲਾਇਆ ਹੈ ਹੁਣ ਕਹਿੰਦੇ ਭਾਰਤ ਵਾਲਿਆਂ ਨੇ ਵੀ ਕੀ ਕਰਤਾ ਕਹਿੰਦੇ ਜੀ ਸਿਵੀ ਹੁਣ ਉਹਨਾਂ ਨੂੰ ਬੁਲਾਈਏ ਯਾਰ ਉਹਨਾਂ ਦਾ ਮਾਨ ਤਾਨ ਕਰੀਏ ਉਹਨਾਂ ਨੇ ਕਿਹਾ 46 ਇੰਟਰਨੈਸ਼ਨਲ ਕੋਲਕਾਤਾ ਨੂੰ ਬੁਲਾਇਆ ਸੀ ਤਾਂ ਹੁਣ ਉਹਨਾਂ ਨੇ ਕੀ ਕਰਤਾ ਹਨਾ ਕੋਲਕਾਤਾ ਚ ਵੀ ਬੁਲਾਇਆ ਗਿਆ ਤੇ ਉਹਨਾਂ ਨੇ ਵਰਲਡ ਜਿਹੜਾ ਬੁੱਕ ਫੈਸਟੀਵਲ ਆ ਉਹ ਫਰਾਂਸ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਚੱਲ ਰਿਹਾ ਹੈ ਤਾਂ ਉਹਦਾ ਉਹਦਾ ਜਿਹੜਾ ਅੰਤਰਰਾਸ਼ਟਰੀ ਕੋਲਕੱਤਾ ਫੈਸਟੀਵਲ ਹੋਇਆ ਸੀ ਤਾਂ ਥੀਮ ਦੇਸ਼ਤਾ ਹੈ ਤਾਂ ਸਪੇਨ ਦਾ ਸੀ ਠੀਕ ਹੈ ਜੀ ਸਪੇਨ ਇਸ ਦਾ ਥੀਮ ਕੰਟਰੀ ਐਸ ਦਾ 46 ਇੰਟਰਨੈਸ਼ਨਲ ਕੋਲਕੱਤਾ ਬੁੱਕ ਫੇਅਰ ਠੀਕ ਹੈ ਸਮਝ ਗਏ ਉਸ ਤੋਂ ਬਾਅਦ ਹੈ ਜੀ ਕਹਿੰਦੇ ਜੀ ਇੱਕ ਹੂ ਹੈਜ਼ ਵਿਨ ਇੱਕ ਪ੍ਰੈਜ਼ੀਡੈਂਟ ਅਵਾਰਡ ਜਿਹੜਾ ਦਿੱਤਾ ਗਿਆ ਹੈ ਹਨਾ ਐਫ ਆਈ ਐਚ ਕਹਿੰਦੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਹਾਕੀ ਦਾ ਇੱਕ ਅਵਾਰਡ ਹੈ ਜਿਹੜਾ ਕਿ ਦਿੱਤਾ ਗਿਆ ਕਿਸ ਨੂੰ ਦਿੱਤਾ ਗਿਆ ਵੀ ਕੇ ਵੀ ਕੇ ਪਡਾਇਨ ਨੂੰ ਤਾਂ ਉਹ ਕੀ ਚੀਫ ਸਕੱਟਰੀ ਨੇ ਓਡੀਸਾ ਦੇ ਨੇ ਠੀਕ ਆ 2023 ਦੇ ਵਿੱਚ ਇਹਨਾਂ ਨੂੰ ਪੁਰਸਕਾਰ ਦਿੱਤਾ ਗਿਆ ਉਸ ਤੋਂ ਬਾਅਦ ਕਹਿੰਦੇ ਜੀ ਇਹੋ ਜੀ ਕੰਟਰੀ ਕਿਹੜੀ ਹੈ ਜਿਨ੍ਹਾਂ ਨੇ ਮਨਾਰਕੀ ਜਿਹੜੀ ਆ ਉਹ ਬੰਦ ਕਰਤੀ ਵੀ ਪਹਿਲਾਂ ਇੰਗਲੈਂਡ ਦੇ ਅੰਡਰ ਆਏ ਨੇ ਸਾਰੇ ਦੇਸ਼ ਇੰਗਲੈਂਡ ਦੇ ਤਾਂ ਇੰਗਲੈਂਡ ਦੀ ਰਾਣੀ ਦੀ ਉੱਥੇ ਨੋਟ ਦੇ ਉੱਤੇ ਕਰੰਸੀ ਦੇ ਉੱਤੇ ਨੋਟਸ ਨੋਟ ਆ ਜਿਹੜੇ ਨੋਟਾਂ ਦੇ ਉੱਤੇ ਫੋਟੋ ਸੀਗੀ ਤਾਂ ਉਹਨਾਂ ਨੇ ਕੀ ਕੀਤਾ ਵੀ ਅਸੀਂ ਹੁਣ ਨੋਟਾਂ ਉੱਤੇ ਰਾਜਾ ਰਾਜਸ਼ਾਹੀ ਖਤਮ ਕਰ ਦਾਂਗੇ ਆਸਟ੍ਰੇਲੀਆ ਨੇ ਇੱਕ ਚੀਜ਼ ਕਰਤੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਨੈਕਸਟ ਆਪਣੇ ਕੋਲ ਮੋਸਟ ਇੰਪੋਰਟੈਂਟ ਹੈ ਇਹ ਆ ਸਕਦਾ ਹੈ ਦੇਖੋ ਕਹਿੰਦੇ ਜੀ ਇੱਕ ਫੀਮੇਲ ਪਲੇਅਰ ਹੈ ਹਨਾ ਜਿਮਨਾਸਟ ਦੀ ਪਲੇਅਰ ਹੈ ਉਨਕੀ 21 ਮੰਥਲੀ ਬੈਨ ਕਰਤਾ ਡੋਪਿੰਗ ਟੈਸਟ ਜਦੋਂ ਉਹਦਾ ਕੰਡਕਟ ਕੀਤਾ ਗਿਆ ਇੰਟਰਨੈਸਟ ਟੈਸਟ ਜਿਹੜਾ ਹੁੰਦਾ ਨਾ ਏਜੰਸੀ ਦੇ ਵੱਲੋਂ ਉਹਦੇ ਕਿਹੜਾ ਹੁੰਦਾ ਉਹ ਵਾਡਾ ਹੁੰਦਾ ਤੇ ਵਾਡਾ ਜਿਹੜਾ ਹੈਡ ਕੁਆਟਰ ਕਿੱਥੇ ਹੁੰਦਾ ਹੈਡ ਕੁਆਟਰ ਕਿੱਥੇ ਆ ਮੋਂਟੇਰੀਓ ਕੈਨੇਡਾ ਦੇ ਵਿੱਚ ਹੈਨਾ ਆਪਾਂ ਨੂੰ ਅੱਜਕੱਲ ਸਾਰੇ ਕੈਨੇਡਾ ਦੇ ਬਤੇ ਹੀ ਆ ਸਾਰਾ ਲਗਭਗ ਪੰਜਾਬ ਤੇ ਬਾਕੀ ਇੰਡੀਆ ਦਾ ਲਗਭਗ ਕੈਨੇਡਾ ਹੀ ਜਾ ਰਿਹਾ ਅੱਜਕੱਲ ਹਾਂਜੀ ਇਹਦੀ ਫੁੱਲ ਫਾਰਮ ਕਈ ਵਾਰੀ ਪੁੱਛ ਲਈ ਵਰਲਡ ਐਂਟੀ ਡੋਪਿੰਗ ਏਜੰਸੀ ਇਹਦੀ ਜਿਹੜੀ ਫੁੱਲ ਫਾਰਮ ਹੈ ਤਾਂ ਉਹ ਕਿਹੜੀ ਫੀਮੇਲਾ ਦੀਪਾ ਹਨਾ ਦੀਪਾ ਕਰਮਾਕਰ ਠੀਕ ਹੈ ਕਰਮਾਕਰ ਇਹ ਇੱਕ ਫੀਮੇਲ ਆ ਜੀ ਨੂੰ ਕੀ ਬੈਨ ਕਰ ਦਿੱਤਾ ਗਿਆ ਕਿੰਨੇ ਨੂੰ 21 ਮੰਥ ਦੇ ਲਈ ਤੁਸੀਂ ਦੇਖ ਲਓ ਡੋਪਿੰਗ ਟੈਸਟ ਜਦੋਂ ਹੋਇਆ ਇਹਦਾ ਟੋਪਿੰਗ ਆ ਗਿਆ ਪੀ ਨੇ ਕੁਝ ਨਸ਼ਾ ਨਸ਼ੀਲੀ ਪਦਾਰਥ ਯੂਜ਼ ਕੀਤਾ ਉਸ ਤੋਂ ਬਾਅਦ ਕਹਿੰਦੇ ਜੀ ਇਹੋ ਜੀ ਕਿਹੜੀ ਕੰਟਰੀ ਆ ਜਿਹੜਾ ਕਿਹੜਾ ਦੇਸ਼ ਹੈ ਜਿਹੜਾ ਕਿ ਹੋਸਟ ਕਰ ਰਿਹਾ ਫੁੱਟਬਾਲ ਏਸ਼ੀਅਨ ਕੱਪ ਨੂੰ ਦੇਖੋ ਏਸ਼ੀਅਨ ਕੱਪ ਨੂੰ ਜਿਹੜਾ ਕਰ ਰਿਹਾ ਤੇ ਉਹ ਏਸ਼ੀਆ ਦੇ ਵਿੱਚ ਹੀ ਆਏਗਾ ਸਭ ਤੋਂ ਵੱਡਾ ਸਵਾਲ ਹੀ ਇੱਥੇ ਆਉਂਦਾ ਏਸ਼ੀਆ ਕੱਪ ਆ 2027 ਦਾ ਠੀਕ ਹੈ ਉਹ ਕੌਣ ਕੰਡਕਟ ਕਰੇਗਾ ਜਾਂ ਫਿਰ ਹੋਸਟ ਕਰੇਗਾ ਸਾウਦੀ ਅਰਬੀਆ ਠੀਕ ਹੈ ਪਰ 2030 ਦੀ ਗੱਲ ਕਰ ਲਈਏ 2023 ਦੇ ਵਿੱਚ ਕੌਣ ਕੰਡਕਟ ਕਰ ਰਿਹਾ ਚਾਈਨਾ ਚਾਈਨਾ ਦੇ ਵਿੱਚ ਹੋਏਗਾ ਚਾਈਨਾ ਏਸ਼ੀਅਨ ਹਨਾ ਤੇ ਫੁੱਟਬਾਲ 2027 ਏਸ਼ੀਅਨ ਕੱਪ ਚਾਈਨਾ ਦੇ ਵਿੱਚ ਹੋ ਰਿਹਾ ਇਸ ਸਾਲ ਹੀ ਹੋਏਗਾ ਅੱਗੇ ਚੱਲਦੇ ਆ ਕਹਿੰਦੇ ਜੀ ਇਹੋ ਜਿਹਾ ਕਿਹੜਾ Song ਹੈ ਜਿਨ੍ਹਾਂ ਨੇ ਕਿ ਅਵਾਰਡ ਜਿੱਤੇ ਹੈ ਇਅਰ ਅਵਾਰਡ ਇਨ ਦਾ ਗ੍ਰਾਮੀ ਅਵਾਰਡ 2023 ਇੱਕ ਇਹੋ ਜਿਹਾ Song ਕਹਿੰਦੇ ਇੱਕ ਗਾਣਾ ਹੈ ਜਿਨੇ ਕਿ ਇੱਕ ਅਵਾਰਡ ਜਿੱਤਿਆ ਗ੍ਰਾਮੀ ਅਵਾਰਡ ਜਿੱਤਿਆ 2023 ਦਾ ਉਹ ਕਿਹੜਾ ਹੈ ਅਬਾਊਟ ਡੈਮ ਟਾਈਮ ਡਾਂ ਟਾਈਮ ਠੀਕ ਹੈ ਇਹ ਕਿਸ ਨੇ ਗਾਇਆ ਹੈ ਸਿੰਗਰ ਕੌਣ ਆ ਲੀਜ਼ੋ ਜਾਂ ਲੀਜ਼ਾ ਕਈ ਵਾਰੀ ਲੀਜ਼ਾ ਵੀ ਲਿਖ ਦਿੰਦੇ ਆ ਨਾ ਲੀਜ਼ਾ ਵੀ ਲਿਖਦੇ ਆ ਲੀਜ਼ੋ ਵੀ ਲਿਖ ਦਿੰਦੇ ਆ ਠੀਕ ਹੈ ਉਹ ਵੀ ਪਾ ਦਿੰਦੇ ਆ ਠੀਕ ਹੈ ਇਸ ਕਰਕੇ ਅਗਰ ਪੁੱਛਿਆ ਗਿਆ ਸਿੰਗਰ ਕੌਣ ਸੀ ਇਹ ਕਹਿ ਸਕਦੇ ਤੁਸੀਂ ਕੌਣ ਹੈ ਸਿੰਗਰ ਅੱਗੇ ਦੇਖੋ ਕਹਿੰਦੇ ਜੀ ਸੂਰਜਕੁੰਡ ਹੈਂਡੀਕਰਾਫਟ ਮੇਲਾ 36ਵਾਂ ਜਿਹੜਾ ਹੈ 36 ਜਿਹੜਾ ਆਰਗੇਨਾਈਜ਼ ਕਰਤਾ ਸੌਰੀ ਉਦਘਾਟਨ ਕਰਤਾ ਉਸ ਦਾ ਉਹ ਕਿਸ ਨੇ ਕੀਤਾ ਹੈ ਤਾਂ ਇਹ ਕਿੱਥੇ ਲੱਗਦਾ ਸੂਰਜਕੁੰਡ ਹੈਂਡੀਕਰਾਫਟ ਮੇਲਾ ਇਹ ਫਰੀਦাবাদ ਦੇ ਵਿੱਚ ਲੱਗਦਾ ਹੈ 36ਵੀਂ ਵਾਰ ਲੱਗ ਰਿਹਾ 36ਵਾਂ ਇਹ ਮੇਲਾ ਹੈ ਤਾਂ ਜਿਹੜਾ ਇਹਦਾ ਉਦਘਾਟਨਾ ਕਿਸ ਨੇ ਕੀਤਾ ਜਗਦੀਪ ਨੇ ਕੀਤਾ ਹੈ ਜਗਦੀਪ ਧਨਕਰ ਜਿਹੜਾ 22 ਪ੍ਰੈਜ਼ੀਡੈਂਟ ਹੈ ਉਹਪ ਰਾਸ਼ਟਰਪਤੀ ਭਾਰਤੇ ਉਪ ਰਾਸ਼ਟਰਪਤੀ ਕੌਣ ਹੈ ਇੱਥੇ ਪਤਾ ਲੱਗ ਗਿਆ ਠੀਕ ਹੈ ਇਹੋ ਜਿਹੀ ਚੀਜ਼ਾਂ ਜਿਹੜੀਆਂ ਪਤਾ ਲੱਗਦੀ ਜਾਣੀਆਂ ਉਸ ਤੋਂ ਬਾਅਦ ਕਹਿੰਦੀ ਜੀ ਇੱਕ ਐਦਾਂ ਦਾ ਪਲੈਂਟ ਬਣ ਗਿਆ ਜਿਹਦੇ ਕੋਲੇ ਸਭ ਤੋਂ ਜ਼ਿਆਦਾ ਮੂਨ ਨੇ ਚੰਨ ਨੇ ਠੀਕ ਹੈ ਸਭ ਤੋਂ ਜ਼ਿਆਦਾ ਚੰਨ ਕਿਹਦੇ ਕੋਲੇ ਨੇ ਕਹਿੰਦੇ ਪਹਿਲਾਂ ਜੁਪੀਟਰ ਹੁੰਦਾ ਸੀ ਜੁਪੀਟਰ ਨੂੰ ਕਹਿ ਜਾਂਦਾ ਸੀ ਵੀ ਸਭ ਤੋਂ ਜ਼ਿਆਦਾ ਕੀ ਆ ਮੂਨ ਇਸ ਦੇ ਕੋਲ ਆ ਪਰ ਹੁਣ ਚੇਂਜ ਹੋ ਗਿਆ ਇਹ ਸਚਨ ਬਣ ਗਿਆ ਜਿਹਦੇ ਕੋਲ 117 ਕਿੰਨੇ ਜੀ 117 ਇਸ ਤੋਂ ਪਹਿਲਾਂ ਜੁਪੀਟਰ ਦਾ ਨਾਮ ਸੁਣਨ ਨੂੰ ਮਿਲਦਾ ਸੀਗਾ ਹੁਣ ਇਹ ਹੀ ਨਹੀਂ ਹੈ ਉਸ ਤੋਂ ਬਾਅਦ ਹੈ ਜੀ ਕਹਿੰਦੇ ਇੱਕ ਤੁਸੀਂ ਬਹੁਤ ਵਾਰੀ ਸੁਣਿਆ ਹੋਆ ਏਆਈ ਆਰਟੀਫੀਸ਼ਲ ਇੰਟੈਲੀਜੈਂਟ ਜਿਹੜਾ ਕਿ ਕੁਝ ਜੇ ਚੈਟ ਜੀਪੀਟੀ ਆ ਗਿਆ ਬਹੁਤ ਸਾਰੇ ਹਨ ਤਾਂ ਉਹਨਾਂ ਨੇ ਵੀ ਇੱਕ ਜੈ ਚੈਟ ਜੀਪੀਟੀ ਜਿਹੜਾ ਇੰਟਰੋਡਿਊਸ ਕੀਤਾ ਗੂਗਲ ਨੇ ਤਾਂ ਕਿਹੜਾ ਕੀਤਾ ਜੀ ਵਾਰਡ ਕੀਤਾ ਵਾਰਡ ਠੀਕ ਹੈ ਇਹ ਜਿਹੜਾ ਇਹਨਾਂ ਨੇ ਚੈਟ ਜੀਪੀਟੀ ਜੀਪੀਟੀ ਜਿਹੜਾ ਕੀ ਕੀਤਾ ਲਾਂਚ ਕੀਤਾ ਜਾਂ ਇੰਟਰੋਡਿਊਸ ਕੀਤਾ ਪਰ ਹੁਣ ਗੱਲ ਕਰ ਲਈਏ ਅਸਲ ਵਿੱਚ ਸਭ ਤੋਂ ਪਹਿਲਾਂ ਕੀ ਨਹੀਂ ਕੀਤਾ ਚੈਟ ਜੀਪੀਟੀ OpenAI ਨੇ USC ਦੀ ਇਹ ਜਿਹੜੀ ਕੰਪਨੀ ਉਹਨਾਂ ਨੇ ਉਸ ਤੋਂ ਬਾਅਦ ਗਿੰਗਾ ਚੈਟ ਜਿਹੜੀ ਆ ਇਹ ਸਾਰੇ ਰਸ਼ੀਅਨ ਦੇ ਵੱਲੋਂ ਹਨ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਸਮਝਣੇ ਪੈਣੀਆਂ ਮੈਂ ਨਹੀਂ ਕਹਿੰਦਾ ਪਰ ਇਹ ਜ਼ਰੂਰੀ ਹੈ Google ਆਪਣੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ ਇਸ ਕਰਕੇ ਇਹ ਕੁਐਸਚਨ ਆ ਸਕਦਾ ਹੈ ਉਸ ਤੋਂ ਬਾਅਦ ਕਹਿੰਦੇ ਜੀ ਇੰਡੀਆ ਨੇ ਕੀ ਕੀਤਾ ਇੱਕ ਫੀਲਡ ਦੇ ਵਿੱਚ ਆਪਣਾ ਹਸਪੀਟਲ ਮੈਡੀਸਿਨ ਇਸ ਕਿਊ ਟੀਮ ਜਿਹੜੀ ਅਰਥ ਕੋਈ ਕਦੇ ਸਮਝ ਜਿਹੜਾ ਹੁੰਦਾ ਤੁਰਕੀ ਤੇ ਸਰੀਆ ਦੇ ਵਿੱਚ ਭੇਜਿਆ ਹੈ ਤਾਂ ਉਸ ਜਿਹੜਾ ਮਿਸ਼ਨ ਹੈ ਕਿ ਮਿਸ਼ਨ ਹੈ ਉਸ ਮਿਸ਼ਨ ਨੂੰ ਕੀ ਨਾਮ ਦਿੱਤਾ ਦੋਸਤ ਹੈ ਭਾਰਤ ਭੁਕੰਪ ਪ੍ਰਭਾਵਿਤ ਤੁਰਕੀ ਔਰ ਰੱਸੀਆ ਨੇ ਕਿ ਤਹਿਤ ਇੱਕ ਫੀਲਡ ਹਸਪਤਾਲ ਦਵਾਈਆਂ ਔਰ ਦਲ ਭੇਜਾ ਰਹਾ ਹੈ ਭੇਜ ਰਹਾ ਹੈ ਹਨਾ ਤਾਂ ਉਹ ਕਿਹੜਾ ਦੋਸਤ ਉਹਦਾ ਜਿਹੜਾ ਅੰਦਰ ساری ਸਕੀਮਾ ਉਸ ਦੇ ਅੰਦਰ ਹਨਾ ਤਾਂ ਇੰਡੀਆ ਉੱਥੇ ਪੇ ਰਿਹਾ ਹੈ ਤਾਂ ਦੇਖੋ ਅਫਗਾਨਿਸਤਾਨ ਦੇ ਵਿੱਚ ਦੇਵੀ ਸ਼ੰਕ ਦੀਵੀ ਸ਼ਕਤੀ ਦੇ ਨਾਮ ਨਾਲ ਜਿਹੜਾ ਉਹ ਸੀਗਾ ਥੀਮ ਸੀ ਜਾਂ ਫਿਰ ਉਹ ਮਿਸ਼ਨ ਸੀਗਾ ਗੰਗਾ ਮਿਸ਼ਨ ਆ ਯੂਕਰੇਨ ਦੇ ਵਿੱਚ ਭੇਜਿਆ ਸੀਗਾ ਹੁਣ ਤੁਹਾਨੂੰ ਪਤਾ ਯੂਕਰੇਨ ਦੀ ਲੜਾਈ ਰਸ਼ੀਆ ਦੀ ਸੁਡਾਨ ਹੋਇਆ ਕਵੇਰੀ ਦੀ ਮੈਂ ਮਾਰ ਦੇ ਵਿੱਚ ਕਰੋਨਾ ਬਣ ਗਿਆ ਕਰੋਨਾ ਠੀਕ ਹੈ ਕਰੋਨਾ ਇਸ ਤਰ੍ਹਾਂ ਦੀ ਜਿਹੜੀਆਂ ਕੁਝ ਮਿਸ਼ਨ ਨੇ ਭਾਰਤ ਆਪਣਾ ਅਮਿੱਤ ਅਖਰਦਾਨ ਹੁਣ ਇਹਦੇ ਵਿੱਚੋਂ ਦੱਸਣਾ ਵਿਚ ਇੰਡੀਅਨ 골ਫਰ ਵਨ ਦਾ ਕੈਨਿਆ ਲੇਡੀਜ਼ ਓਪਨ ਟਾਈਟਲ ਕੇਨਿਆ ਆਪਨ ਟਾਈਟਲ ਜਿਹੜਾ ਜਿੱਤ ਲਿਆ ਹੈ 2023 ਦੇ ਵਿੱਚ ਕਿਹੜੀ ਹੈ ਜੀ ਉਹ ਅਦਿੱਤੀ ਅਸ਼ੋਕ ਹੈ ਇੱਕ ਫੀਮੇਲ ਦਾ ਨਾਮ ਹੈ ਕਰਨਾਟਕਾ ਤੋਂ ਬੰਗਲੌਰ ਤੋਂ ਹੀ ਕੀ ਆ ਰਹਿਣ ਵਾਲੇ ਨੇ ਬਿਲੋਂਗ ਕਰਦੇ ਨੇ ਬਿਲੋਂਗ ਠੀਕ ਹੈ ਇੱਥੋਂ ਦੇ ਰਹਿਣ ਵਾਲੇ ਨੇ ਚਲੋ ਅੱਗੇ ਚੱਲੋ ਉਸ ਤੋਂ ਬਾਅਦ ਗੱਲ ਕਰੀਏ ICC T20 ਔਮਨ ਵਰਲਡ ਕੱਪ 2023 ਕਿੱਥੇ ਹੋਇਆ ਇਹ ਸਾਊਥ ਅਫਰੀਕਾ ਦੇ ਵਿੱਚ ਹੋਇਆ ਹੁਣ ਇਹਦੀ ਗੱਲ ਕਰੀਏ ਕਿੰਨੀ ਵਾਰ ਹੋਇਆ ਇਹ ਟੋਟਲ 8 ਵਾਰੀ ਹੋਇਆ ਇਸ ਵਾਰ ਦੇ ਜਿਹੜੇ winner ਆ ਸਾਊਥ ਅਫਰੀਕਾ ਦੇ ਵਿੱਚ winner ਕੌਣ ਆ ਆਸਟ੍ਰੇਲੀਆ winner ਆ ਆਸਟ੍ਰੇਲੀਆ ਕਿੰਨੇ ਵਾਰੀ ਜਿੱਤ ਗਿਆ ਇੱਥੇ 6 ਵਾਰੀ ਇਹ ਜਿੱਤ ਗਈ ਹਾਂਜੀ 8 ਵਾਰੀ ਟੋਟਲ ਹੋਇਆ 8 ਵਾਰੀ ਟੋਟਲ ਹੋਇਆ ਪਰ 8 ਵਾਰੀ ਤੇ 6 ਵਾਰੀ ਕੌਣ ਜਿੱਤ ਗਿਆ ਆਸਟ੍ਰੇਲੀਆ 6 ਵਾਰੀ ਜਿੱਤ ਗਿਆ ਹੁਣ ਤੁਸੀਂ ਸਾਊਥ ਅਫਰੀਕਾ ਦੀ ਗੱਲ ਸਮਝ ਗਏ ਹੁਣ ਉਸ ਤੋਂ ਬਾਅਦ ਕੁਝ ਕਰਨ ਹਾਂਜੀ ਕਹਿੰਦੇ ਜੀ ਇਹੋ ਜੀ ਆਪਾਂ ਵਿਚ ਟੀਮ ਹੈਜ਼ ਡਿਫੀਟ ਨਿਊ ਕਾਸਟ ਟੂ ਵਿਨ ਦਾ ਕਰੇ ਬਿਆ ਕੱਪ ਟਾਈਟਲ ਇਨ 2023 6 ਇਅਰ ਹਾਂਜੀ 6 ਸਾਲਾਂ ਬਾਅਦ ਕਹਦੇ ਜੀ ਕਾਰਾਬਾਓ ਕੱਪ ਸੀਗਾ ਕਿਤਾਬ ਸੀ ਉਹ ਜਿੱਤ ਲਿਆ ਕਿਸ ਨੂੰ ਹਰਾ ਕੇ ਡੀਫੀਟ ਕਰਕੇ ਨਿਊ ਕਾਸਟ ਨੂੰ ਤਾਂ ਨਿਊ ਕਾਸਟਲ ਜਿਹੜਾ ਟੀਮ ਹੈ ਮੈਨਚੈਸਟਰ ਯੂਨਾਈਟਿਡ ਇਸ ਨੇ 6 6 ਸਾਲਾਂ ਬਾਅਦ 6 ਸਾਲਾਂ ਬਾਅਦ ਇਹ ਜਿਹੜਾ ਖਿਤਾਬ ਆ ਖਿਤਾਬ ਜਾਂ ਇਹ ਕਹਿ ਸਕਦੇ ਕੱਪ ਆ ਸੌਰੀ ਖਿਤਾਬ ਨਹੀਂ ਕੱਪ ਹੈ ਨਾ ਕੱਪ ਹੈ ਕੱਪ ਟਾਈਟਲ ਠੀਕ ਆ ਕੱਪ ਜਿੱਤਿਆ ਅੱਗੇ ਚੱਲਦੇ ਆ ਮੋਸਟ ਇੰਪੋਰਟੈਂਟ ਕਹਿੰਦੇ ਜੀ ਪੈਪਸੀ ਨੇ ਆਪਣਾ ਬ੍ਰੈਂਡ ਅੰਮਿਸਟਰ ਅਪੁਆਇੰਟ ਕੀਤਾ ਕੌਣ ਆ ਰਣਵੀਰ ਸਿੰਘ ਹੁਣ ਤੁਸੀਂ ਕਈ ਵਾਰੀ ਆਪਸ਼ਨ ਜ ਆ ਗਿਆ ਠੀਕ ਆ ਰਣਵੀਰ ਕਪੂਰ ਵੀ ਆਉਂਦਾ ਠੀਕ ਆ ਉੱਥੇ ਨਾ ਤੁਸੀਂ ਉਲਝ ਜੇ ਰਣਵੀਰ ਕਪੂਰ ਆਏਗਾ ਕਿ ਰਣਵੀਰ ਸਿੰਘ ਆਏਗਾ ਤੇ ਰਣਵੀਰ ਸਿੰਘ ਆਏਗਾ ਠੀਕ ਆ ਕਿਉਂਕਿ ਪੈਪਸੀ ਦੀ ਉਹਨਾਂ ਨੇ ਐਡ ਵੀ ਦਿੱਤੀ ਆ ਹਨਾ ਐਡਵਰਟਾਈਜ਼ ਕੀਤੀ ਆ ਇਸ ਕਰਕੇ ਉਹ ਬ੍ਰੈਂਡ ਸਰ ਬ੍ਰੈਂਡ ਅੰਮਿਸਟਰ ਬਣਨੇ ਕੰਨੀ ਸੈਕੰਡ ਪਲੇਅਰ ਕਿਹੜਾ ਹਿਸਟਰੀ ਦੇ ਵਿੱਚ ਜਿਹਨੇ 700 ਕੈਰੀਅਰ ਕਪ ਕਲੱਬ ਦੇ ਵਿੱਚ ਗੋਲ ਕੀਤੇ ਨੇ 700 ਗੋਲ ਕਰ ਦਿੱਤੇ ਨੇ ਸੈਕਿੰਡ ਨੰਬਰ ਤੇ ਕਿਹੜਾ ਹੈ? ਵੈਲ ਮੈਸੀ ਹੈ ਜੀ ਤੁਸੀਂ ਮੈਸੀ ਦੇ ਬਹੁਤ ਜ਼ਿਆਦਾ ਫੈਨ ਹੋਵੋਗੇ ਇਸ ਤੋਂ ਪਹਿਲਾਂ ਕੌਣ ਸੀ? ਫਰਸਟ ਹੈ ਸੋਰੀ ਰੋਨਾਲਡੋ ਰੋਨਾਲਡੋ ਠੀਕ ਹੈ ਰੋਨਾਲਡੋ ਫਰਸਟ ਸੀਗੇ ਪਹਿਲੇ ਸੀ ਜਿਨ੍ਹਾਂ ਨੇ 700 ਗੋਲ ਤੋਂ ਬੱਬ ਕੀਤੇ ਨੇ ਹਣਾ ਅੱਜ ਹਿਸਟਰੀ ਦੇ ਵਿੱਚ ਉਸ ਤੋਂ ਬਾਅਦ ਲਿਓਨ ਲੀਨੋਲ ਮੈਸੀ ਨੇ ਹਨਾ ਮੈਸੀ ਦਾ ਤੁਸੀਂ 10 ਨੰਬਰ ਤੋਂ ਯਾਦ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਆਪ ਨੂੰ ਯਾਦ ਰਹਿੰਦੀਆਂ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਜੀ ਮੋਸ ਵਿੱਚ ਟੀਮ ਵਨ ਮੋਸ ਸੰਤੋਸ਼ ਟਰਾਫੀ ਤੋ ਤਾ ਇਹ ਸੰਤੋਸ਼ ਟਰਾਫੀ ਕਿਸ ਗੇਮ ਦੇ ਨਾਲ ਸੰਬੰਧਿਤ ਹੈ ਫੁੱਟਬਾਲ ਦੇ ਨਾਲ ਇਹਦੇ ਫੁੱਟਬਾਲ ਠੀਕ ਹੈ ਵਟਵਾਲ ਦੇ ਨਾਲ ਸੰਬੰਧਿਤ ਹੈ ਜਿਹੜੀ ਜਿੱਤੀ ਹੈ ਕਿਸ ਨੇ ਕਰਨਾਟਕਾ ਨੇ ਜਿੱਤੀ ਹੈ ਤੇ ਮਹਗਾਲਿਆ ਤੇ ਜਿੱਤੀ ਆ ਫਾਈਨਲ ਮੈਚ ਕਿੱਥੇ ਹੋਇਆ ਇਹਨਾਂ ਦਾ ਫਾਈਨਲ ਮੈਚ ਕarnataka ਤੇ mangalya ਦੇ ਵਿੱਚ ਹੋਇਆ ਸੀ ਹਾਂਜੀ ਉਸ ਤੋਂ ਬਾਅਦ ਗੱਲ ਕਰੀਏ ਕਿ ਕਿੱਥੇ ਹੋਇਆ ਇਹ ਜਿਹੜੇ ਮੈਚ ਆ ਕਿੱਥੇ ਹੋਏ ਨੇ ਇਹ ਸਾਊਦੀ ਅਰਬੀਆ ਦੇ ਵਿੱਚ ਸਾਊਦੀ ਅਰਬੀਆ ਦੇ ਵਿੱਚ ਹੋਏ ਆ ਹਨਾ ਤੇ ਇਹ ਚੀਜ਼ਾਂ ਤੁਸੀਂ ਯਾਦ ਰੱਖੋ ਕਿਉਂਕਿ ਆ ਸਕਦੇ ਆ ਕਨਾਂ ਹੈਂਡ ਅ ਮਿਸਟਰ ਫਾਰ सैबलॉन इंडिया ਆਪਣੀ ਤੇ सैबलॉन इंडिया ਦੀ ਮਸ਼ਹੂਰੀ ਆਉਂਦੀ ਆ ਤਾਂ ਉਹਦਾ ਜਿਹੜਾ ਬ੍ਰਾਂਡ ਮਿਸਟਰ ਜਿਹੜਾ ਬਣਾਤਾ ਵਰਲਡ ਇਸ ਫਰਸਟ ਜਿਹੜਾ ਬਣਾਇਆ ਹੈ ਕਿਹਨੂੰ ਬਣਾਇਆ ਗਿਆ ਹੈ ਸਚਨ ਤੈਂਦੂਲਕਰ ਨੂੰ ਜਿਹੜਾ ਕਿ ਕਿਹਾ ਜਾਂਦਾ ਕਈ ਵਾਰੀ ਗੋਡ ਆਫ ক্রিকেট ਵੀ ਕਿਹਾ ਜਾਂਦਾ ਹੈ ਇਸ ਨੂੰ ਆਈਪੀਐਲ ਟੀਮ ਦੇ ਵਿੱਚ ਜਿਹੜਾ ਇਹ ਅੱਜਕੱਲ ਕੋਚ ਦਾ ਕੰਮ ਕਰਦੇ ਨੇ ਕਈ ਵਾਰੀ ਆ ਸਕਦਾ ਕੋਚ ਦਾ ਕਿਹੜੀ ਆ ਮੁੰਬਈ ਇੰਡੀਅਨ ਮੁੰਬਈ ਇੰਡੀਅਨ ਦੇ ਵਿੱਚ ਇਹ ਅੱਜਕੱਲ ਹਨਾ ਐਜ਼ ਅ ਕੋਚ ਕੰਮ ਕਰਦੇ ਨੇ ਉਸ ਤੋਂ ਬਾਅਦ ਕਹਿੰਦੇ ਵੀ ਸੀਸੀ ਇੰਡੀਆ ਸਪੋਰਟਸ वूमेन ਆਫ ਦਾ ਈਅਰ ਅਵਾਰਡ 2023 ਆਪਾਂ ਗੱਲ ਕਰੀਏ ਇੰਡੀਆ ਦੀ ਇੱਥੇ ਇੰਡੀਆ ਦੀ ਗੱਲ ਆ ਗਈ ਇੰਡੀਆ ਦੀ ਤਾਂ ਇਹ ਜੇ ਕਿਹੜਾ ਭਾਰਤੀ ਸਪੋਰਟਸ ਔਰਤ ਦੀ ਗੱਲ ਕਰਦੇ ਆ ਜਿਹਨੂੰ ਸਪੋਰਟਸ वूमेन ਆਫ ਦਾ ਈਅਰ ਅਵਾਰਡ ਮਿਲਿਆ ਹੈ 2022 ਦੇ ਵਿੱਚ ਉਹ ਹੈ ਮੀਰਾ ਬਾਈ ਚੰਨੂ ਮੀਰਾ ਬਾਈ ਚੰਨੂ ਨੂੰ ਚੰਨੂ ਨੂੰ ਇਹ ਚੀਜ਼ ਮਿਲੀ ਹੈ ਜੇ ਆਪਾਂ ਗੱਲ ਕਰੀਏ ਇੱਥੇ ਇੰਡੀਆ ਨਾ ਹੁੰਦਾ ਫਿਰ ਆਨਸਰ ਕੀ ਹੋਣਾ ਪੈਂਥ ਮੈਡ ਸਹੀ ਵਿਦ ਮੈਡ ਹੋਇਆ ਮੈਂ ਫੁੱਟਬਾਲ ਦੇ ਪਲੇਅਰ ਨੇ ਹਨਾ ਤੇ VCC Sports Woman ਦੇ ਹੋਣੇ ਸੀਗੇ ਸ਼ਿਕਾਪਾ ਵਰਲਡ ਲੈਵਲ ਦੀ ਗੱਲ ਕਰੀਏ ਉਸ ਤੋਂ ਬਾਅਦ ਕਹਿੰਦੇ ਜੀ ਨੈਕਸਟ ਆ ਕਹਿੰਦੇ 2023 ਦੇ ਵਿੱਚ ਇੱਕ ਆਰਟੀਟੈਕਚਰ ਪ੍ਰਾਈਜ਼ ਹੁੰਦਾ ਜਿਹਨੂੰ ਕਿ ਪ੍ਰੈਕਟਿਸ ਪ੍ਰਿਚ ਹਨਾ ਬਜੇਤਾ ਰੂਪ ਦੇ ਵਿੱਚ ਪ੍ਰਿਚਕਰ ਆਰਟੀਟੈਕ ਪੁਸਤਕ ਪੁਰਸਕਾਰ ਦੇ ਵੱਲੋਂ ਨਿਯੁਕਤ ਕੀਤਾ ਗਿਆ ਕਿਸ ਨੂੰ ਸਰ ਡੇਵਿਡ ਐਲਨ ਚਿਫ ਪ੍ਰੋਫੀਲ ਨੂੰ ਕਿੱਥੋਂ ਨੇ ਇੰਗਲੈਂਡ ਤੋਂ ਨੇ ਚਿਫਰ ਫੀਲਡ ਨੂੰ ਜਿਹੜਾ ਕਿ ਇਹ ਪੁਰਸਕਾਰ ਮਿਲਿਆ ਹੈ ਆਰਟੀਟੈਕਟ ਪ੍ਰਾਈਜ਼ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹੈ ਓਸਕਰ ਹਾਂਜੀ ਇਹੋ ਜੀ ਕਿਹੜੀ ਗੱਲ ਕਰ ਲਈਏ ਓਸਕਰ ਫਾਰ ਵੈਸਟ ਪਿਕਚਰ ਇਨ ਦਾ 2023 20 ਹਨਾ 2023 ਜੇ ਕਿਸ ਨੇ ਜਿੱਤਿਆ ਹੈ ਤਾਂ एवरीथिंग एवरीवेयर ਐਟ ਸੌਰੀ ਆਲ ਐਟ ਵਨ ਠੀਕ ਹੈ एवरीथिंग एवरीवेयर ਆਲ ਐਟ ਵਨ ਇਹ ਜਿਹੜੀ ਪੁਰਸਕਾਰ ਹਣਾ ਪੁਰਸਕਾਰ ਇਹਨਾਂ ਨੇ ਜਿੱਤਿਆ ਕਿ ਬੜੀ ਆ ਗਿਆ ਤਾਂ ਤੁਸੀਂ ਕਹਿ ਸਕਦੇ ਹੋ ਬੇਸਿਕ ਮੇਰੇ ਦਸੰਦਾ ਹੀ ਹੈ ਉਸ ਤੋਂ ਬਾਅਦ ਕਹਿੰਦੇ ਜੀ 32 ਵਿਆਸ ਸਮਾਨ ਜਿਹੜਾ ਕਿ ਸਮਾਨ ਸਮਨ ਜਾਂ ਸਮਾਨ ਕਹਿ ਸਕਦੇ ਹੋ ਨਾ ਜਿਹੜਾ ਕਿ ਇਹਦੇ ਵਿੱਚ ਕਿਸ ਨੂੰ ਚੁਣਿਆ ਗਿਆ ਕੌਣ ਚੁਣਿਆ ਗਿਆ ਇਹਦੇ ਜਿਹੜੇ ਹੂ ਹੈਜ਼ ਬੀਨ ਚੂਜ਼ਨ ਫਾਰ 32 ਵਿਆਸ ਸਮਨ ਤਾਂ ਕਿਸ ਨੂੰ ਚੁਣਿਆ ਜੀ ਗਿਆਨ ਚਤੁਰਵੇਦੀ ਨੂੰ ਤੇ ਇਹ ਅਵਾਰਡ ਹੈ ਅਵਾਰਡ ਹੈ ਵਸਤਾ ਅਵਾਰਡ ਹੈ ਤੇ ਕੌਣ ਅਵਾਰਡ ਦਿੰਦਾ ਕਿ ਕਿ ਵਿਲਾ ਇਹ ਅਵਾਰਡ ਜੂਨ ਜਿਹੜਾ ਦਿੰਦਾ ਹੈ ਤਾਂ ਇਹਨਾਂ ਨੂੰ ਪਾਗਲਖਾਨਾ ਇਹਨਾਂ ਨੇ ਲਿਖੀ ਆ ਉਹਦੇ ਕਰਕੇ ਅਵਾਰਡ ਮਿਲਿਆ ਹੈ ਤੇ ਅਮਾਉਂਟ ਕਿੰਨੀ ਹੁੰਦੀ ਐ ਇਸਦੀ 4 ਲੱਖ ਤੁਸੀਂ ਕਹੋਗੇ 4 ਲੱਖ ਰੁਪਏ ਇਹਨਾਂ ਨੂੰ ਬਈ ਅਵਾਰਡ ਦੇ ਮਿਲਣਗੇ 4 ਲੱਖ ਰੁਪਏ ਕਰੇ ਜਿੱਤੇ ਤੇ ਜਿੱਤਿਆ ਹੁਣ ਇਹਨਾਂ ਨੂੰ 4 ਲੱਖ ਰੁਪਏ ਮਿਲੇਗਾ ਜ਼ਰੂਰ ਠੀਕ ਐ ਅੱਗੇ ਦੇਖੋ ਨੈਕਸਟ ਦੇਖੋ ਨੈਕਸਟ ਕੁਐਸਚਨ ਦੇ ਵੱਲ ਚੱਲਦੇ ਆਂ ਹਾਂਜੀ ਕਹਿੰਦੇ ਉਹ ਹੁਣ ਅੱਗੇ ਚੱਲਦੇ ਕਹਿੰਦੇ ਇਹੋ ਜੀ ਓਸਕਾਰ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ 2023 ਦੇ ਵਿੱਚ ਕਿਸ ਨੂੰ ਮਿਲਿਆ ਓਸਕਾਰ ਅਵਾਰਡ ਮਿਲਿਆ ਡਾਕੂਮੈਂਟਰੀ ਸ਼ਾਰਟ ਫਿਲਮ ਨੂੰ ਉਹ ਹੈ এলিਫੈਂਟ ਵਿਸਪਰਸ ਹਨਾ ਤਾਂ ਇਹਨਾਂ ਨੂੰ ਮਿਲਿਆ ਹੈ ਇਹਦੇ ਜਿਹੜਾ ਡਾਇਰੈਕਟਰ ਆ ਉਹਨਾਂ ਦਾ ਨਾਮ ਕੀ ਕਾਰਤਿਕ ਹਨਾ ਕਾਰਤਿਕੀ ਗੌਨਸਵਾਲ ਐਂਡ ਗੁਰਮੀਤ ਮੋਂਗਾ ਗੁਨੀਤ ਸੌਰੀ ਗੁਨੀਤ ਮੋਂਗਾ ਇਹਦੇ ਪ੍ਰੋਡਿਊਸਰ ਸੀ ਇਨਾਂ ਨੂੰ ਸ਼ਾਰਟ ਮੂਵੀ ਡਾਕੂਮੈਂਟ ਡਾਕੂਮੈਂਟਰੀ ਬਣਾਈ ਹੈ ਸ਼ਾਰਟ ਮੂਵੀ 2023 ਵਿੱਚ ਇਹਨਾਂ ਨੂੰ ਸਕਾਰਡ ਬੋਡ ਮਿਲਿਆ ਹੈ ਹਾਂ ਜੀ ICC ਇਹ ਮੋਰ ਇੰਪੋਰਟੈਂਟ ICC ਮੈਨਸ ਪਲੇਅਰ ਆਫ ਦਾ ਮੰਥ ਫਰਬਰੀ ਦੇ ਕੌਣ ਨੇ ਹੈਨਰੀ ਬਰੁਕ ਤੇ ਹੈਨਰੀ ਬਰੁਕ ਹਾਈਦਰਾਬਾਦੀ ਟੀਮ ਚ ਸੀਪੀਐਲ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ 100 ਰਨ ਮਾਰੇ ਸੀਗੇ ਠੀਕ ਹੈ ਆਈਪੀਐਲ ਦੇ ਵਿੱਚ ਜਿਹੜਾ 2023 ਦੇ ਵਿੱਚ ਹੋਇਆ ਆ ਜਨਵਰੀ ਦੀ ਗੱਲ ਕਰ ਲਈ ਸ਼ੁਭਮ ਗਿੱਲ ਨੂੰ ਜਨਵਰੀ ਚ ਮੰਥ ਆਫ ਦਾ ਹਨਾ ਮੰਥ ਆਵਾਰਡ ਮਿਲਿਆ ਹੈ ਪਲੇਅਰ ਆਫ ਦਾ ਮੰਥ ਫਰਬਰੀ ਦੇ ਵਿੱਚ ਹੈਨਰੀ ਬਰੂਕ ਨੂੰ ਮਾਰਚ ਦੇ ਵਿੱਚ ਸਾਕੀ ਵਾਲਾ ਹਸਨ ਨੂੰ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਬੰਗਲਾਦੇਸ਼ ਦਾ ਬੰਗਲਾਦੇਸ਼ ਦਾ ਪਲੇਅਰ ਆ ਉਸ ਤੋਂ ਬਾਅਦ ਹੈ ਫਰਾ ਫਕਾਰ ਜਮਨ ਜਿਹੜਾ ਅਪ੍ਰੈਲ ਦੇ ਵਿੱਚ ਮਿਲਿਆ ਮਈ ਦੇ ਵਿੱਚ ਹੈਰੀ ਨੂੰ ਮਿਲਿਆ ਠੀਕ ਹੈ ਹੈਰੀ ਨੂੰ ਤਾਂ ਇਸ ਇਸ ਤਰ੍ਹਾਂ ਜਿਹੜੇ ਇਹ ਕੁਝ ਯਾਦ ਤੁਹਾਨੂੰ ਕਰਨੇ ਪੈਣਗੇ ਇੰਪੋਰਟੈਂਟ ਆ ਹਾਂਜੀ ਕੰਨ ਜੀ ਆਰਬੀਆਈ ਨੇ ਕਨਾਨਸ ਕਰਤਾ ਵੀ ਸਾ ਅਸੀਂ ਟ੍ਰੇਡ ਕਰ ਸਕਦੇ ਰੁਪੀਏ ਦੇ ਵਿੱਚ ਕਿੰਨੀਆਂ ਕੰਟਰੀਆਂ ਦੇ ਨਾਲ ਕਰ ਸਕਦੇ 18 ਘੰਟਿਆਂ ਦੇ 18 ਦੇਸ਼ਾਂ ਦੇ ਨਾਲ ਉਹ ਰੁਪੀਏ ਦੇ ਵਿੱਚ ਕੀ ਆ ਆਪਣਾ ਵਪਾਰ ਵਧਾ ਸਕਦੇ ਕਰ ਸਕਦੇ ਨੇ ਉਸ ਤੋਂ ਬਾਅਦ ਕਹਿੰਦੇ ਇੰਡੀਆ ਰੇਲਵੇ ਨੇ ਇੱਕ ਟਾਰਗੇਟ ਸੈੱਟ ਕੀਤਾ ਹੈ ਨੈਟ ਜ਼ੀਰੋ ਕਾਰਬਨ ਐਮੀਟਡ ਤਾਂ ਕੀ ਆ ਵੀ ਇਹਦੇ ਵਿੱਚ ਕੀ ਆ ਬਿਲਕੁਲ ਵੀ ਕਾਰਬਨ ਬਾਹਰ ਨਹੀਂ ਨਿਕਲੇ ਕਾਰਬਨ ਮਤਲਬ ਪੋਲੂਸ਼ਨ ਨਹੀਂ ਹੋਏਗਾ ਠੀਕਾ ਪੋਲੂਸ਼ਨ ਨਹੀਂ ਹੋਏਗਾ ਤਾਂ ਕਿਤੇ 2023 ਦੇ ਵਿੱਚ ਇਹਨਾਂ ਨੇ ਕਹਿਤਾ ਵੀ ਉਦੋਂ ਤੱਕ ਸਾਡਾ ਜਿਹੜਾ ਖਤਮ ਹੋ ਜਾਏਗਾ ਠੀਕ ਆ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਲੈਕਚਰ ਕਰੰਟ ਅਫੇਅਰ ਆ ਬਹੁਤ ਵਧੀਆ ਲੱਗੀ ਹੋਣੀਏ ਤਾਂ ਮੈਂ ਕਹਿਣਾ ਵੀ ਇਹਦੇ ਨੋਟਸ ਤੁਸੀਂ ਬਣਾ ਲਿਓ ਸ਼ਾਰਟ ਨੋਟਸ ਜਿਹੜੇ ਵੀ ਤੁਸੀਂ ਬਣਾਉਣੇ ਆ ਐਨੀ ਲੋਡ ਨਹੀਂ ਪੜਨ ਦੀ 6 ਮਨთ ਦੇ ਪਹਿਲਾਂ ਆਪਾਂ ਕਵਰ ਕਰਾਂਗੇ 6 ਮਨთ ਤੋਂ ਬਾਅਦ ਆਪਾਂ ਜਿਹੜਾ ਨੈਕਸਟ ਆਪਣਾ ਰਹਿੰਦਾ ਹੈ ਮੰਥ ਵਾਈਜ਼ ਕਵਰ ਕਰਾਂਗੇ ਫਿਰ ਸ਼ਾਇਦ ਵੀਕ ਵਾਈਜ਼ ਵੀ ਤੁਹਾਨੂੰ ਥੋੜੀ ਥੋੜੀ ਇੰਟਰਸਟ ਹੋਈ ਵੀਕ ਵਾਈਜ਼ ਵੀ ਕੋਸ਼ਿਸ਼ ਕਰਾਂਗੇ ਠੀਕ ਹੈ ਉਮੀਦ ਕਰਦਾ ਕਿ ਇੱਥੋਂ ਤੱਕ ਇਹ ਲੈਕਚਰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਆਪਣਾ ਸੈਕੰਡ ਲੈਕਚਰ ਜਿਹੜਾ ਨੈਕਸਟ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਚੀਜ਼ਾਂ ਡਿਸਕਸ ਕਰਾਂਗੇ ਜਿਹੜੇ ਇੰਪੋਰਟੈਂਟ 6 ਮਨთ ਦੇ ਕਰੰਟ ਅਫੇਅਰ ਨੇ ਉਮੀਦ ਕਰਦਾ ਕਿ ਜਿਹੜੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਅਗਰ ਕੋਈ ਦਿੱਕਤ ਹੈ ਤਾਂ ਪੁੱਛ ਸਕਦੇ ਹੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ